ਜੀ ਮੈਂ ਜਿਮੀ ਬਰਾੜ, ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਹਮੇਸ਼ਾ ਹਰ ਮੰਡੇ ਦੀ ਤਰ੍ਹਾਂ ਪੇਸ਼ ਹਾਂ ਲਾਈਵ ਪ੍ਰੋਗਰਾਮ ਲੈ ਕੇ ਕਮਿਊਨਿਟੀ ਕਨੈਕਟ। ਤੁਸੀਂ ਦੇਖ ਰਹੇ ਹੋ ਜਸ ਟੀਵੀ, ਜਿਹੜਾ ਆਪਾਂ ਹਰ ਮੰਡੇ ਟਿਊਜ਼ਡੇ ਇੰਡੀਅਨ ਐਪਲਸ ਤੋਂ ਕਰਦੇ ਹਾਂ, ਲਾਈਵ ਹੁੰਦਾ ਹੈ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਹਾਂ ਆਪਣਾ ਵਿਊ ਦੱਸ ਸਕਦੇ ਹੋ ਇਸ ਸ਼ੋਅ ਦੇ ਵਿੱਚ ਕਿ ਇੰਡੀਅਨ ਐਪਲਸ ਕਿਹੋ ਜਿਹਾ ਸ਼ਹਿਰ ਹੈ। ਤੇ ਆਪਾਂ ਹਰ ਮੰਡੇ ਇਹੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਜਾਂ ਦੋ ਜਾਂ ਜਿੰਨੇ ਵੀ ਲਾਈਵ ਗੈਸਟ ਲੈ ਕੇ ਜਾਂ ਕੰਮ ਹੋਵੇ ਜਾਂ ਤੁਹਾਡੀ ਪਰਸਨਲ ਓਪੀਨੀਅਨ ਹੋਵੇ ਆਪਾਂ ਉਹਨੂੰ ਲੈ ਕੇ ਜ਼ਰੂਰ ਪੇਸ਼ ਕਰਦੇ ਹਾਂ। ਇਸ ਤਰ੍ਹਾਂ ਹੀ ਤੁਸੀਂ ਜ਼ਰੂਰ ਜੁੜਿਆ ਕਰੋ ਜਸ ਟੀਵੀ ਦੇ ਨਾਲ। ਆਪਾਂ ਹਰ ਮੰਡੇ ਸ਼ਾਰਪ 11 ਵਜੇ ਲਾਈਵ ਸ਼ੋਅ ਕਰਦੇ ਹਾਂ। ਕਿਸੇ ਤਰ੍ਹਾਂ ਦੀ ਵੀ ਕੋਈ ਵੀ ਤੁਸੀਂ ਸੁਜੈਸ਼ਨ ਦੇਣਾ ਚਾਹੁੰਦੇ ਹੋ ਜਸ ਟੀਵੀ 'ਤੇ, ਜ਼ਰੂਰ ਮੈਂ ਲੋਕਲ ਨੰਬਰ ਕਈ ਵਾਰੀ ਬੋਲਦਾ ਹੁੰਦਾ ਐਂਡ 'ਤੇ, ਪਰ ਲੈ ਕੇ ਐਤਕੀ ਸਟਾਰਟਿੰਗ 'ਚ ਬੋਲੂੰਗਾ 317-538-5385, ਜਿਹੜਾ ਮੈਂ ਲੋਕਲ ਹਾਂ। ਅਤੇ ਈਮੇਲ ਹੈ broad@justbroadcasting.com। ਅਤੇ ਜ਼ਰੂਰ ਜੁੜਿਆ ਰਿਹਾ ਕਰੋ ਕਿਉਂਕਿ ਜੇ ਆਪਾਂ ਟੀਵੀ ਜ਼ਰੀਏ ਜਾਂ ਮੀਡੀਆ ਜ਼ਰੀਏ ਹੀ ਆਪਾਂ ਨੂੰ ਇੱਕ ਦੂਸਰੇ ਦੀਆਂ ਅੱਜ ਕੱਲ੍ਹ ਖਬਰਾਂ ਪਤਾ ਲੱਗਦੀਆਂ ਨੇ, ਜਿਹੜੇ ਆਪਾਂ ਲੋਕਲ ਬੰਦਿਆਂ ਨੂੰ ਵੀ ਮਿਲਦੇ ਹਾਂ ਜਾਂ ਲੋਕਲ ਕਮਿਊਨਿਟੀ 'ਚ ਗੁਰੂ ਘਰ ਜਾਂਦੇ ਹਾਂ, ਲੋਕਲ ਗੱਲਾਂ ਜਿਹੜੀਆਂ ਨੇ ਉਹ ਆਪਾਂ ਨੂੰ ਇੱਕ ਦੂਸਰੇ ਤੋਂ ਪਤਾ ਲੱਗਦੀਆਂ। ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਕਮਿਊਨਿਟੀ ਦਾ ਜੋ ਲੋਕਲ ਇੱਥੇ ਦਾ ਬਿਜ਼ਨਸਮੈਨ ਹੈ ਉਹਨੂੰ ਵੀ ਲੈ ਕੇ ਆ ਕਰੀਏ, ਜਾਂ ਕਮਿਊਨਿਟੀ ਦੇ ਗੁਰੂ ਘਰ ਦੀ ਗੱਲ ਹੋਵੇ ਉਹ ਵੀ ਲੈ ਕੇ ਆਈਏ, ਜਿਹੜਾ ਆਪਾਂ ਸਮੇਂ-ਸਮੇਂ ਦੇ ਨਾਲ ਲੈ ਕੇ ਆਉਂਦੇ ਰਹਿੰਦੇ ਹਾਂ। ਕਿਸੇ ਵੀ ਗੁਰੂ ਘਰ ਤੋਂ ਤੁਸੀਂ ਚਾਹੁੰਦੇ ਹਾਂ ਕਿ ਅਸੀਂ ਕਵਰੇਜ ਕਰੀਏ, ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ। ਮੈਨੂੰ ਲੋਕਲ ਕੰਟੈਕਟ ਕਰ ਸਕਦੇ ਹੋ, ਮੈਂ ਇੰਡੀਅਨ ਐਪ ਵਿੱਚ ਰਹਿੰਦਾ, ਇੰਡੀਆਨਾ ਵਿੱਚ ਰਹਿੰਦਾ, ਪਲੇਨਫੀਲਡ ਦੇ ਵਿੱਚ। ਅਤੇ ਜੋ ਜਿਹੜੀਆਂ ਵੀ ਖਬਰਾਂ ਟੀਵੀ ਦੇ ਨਾਲ ਜੁੜੀਆਂ ਹਨ ਜਾਂ ਕਿਸਾਨਾਂ ਨਾਲ ਜੁੜੀਆਂ ਹਨ ਜਾਂ ਕਿਸੇ ਤਰ੍ਹਾਂ ਦੀ ਵੀ ਅਪਡੇਟ ਹੈ, ਅਸੀਂ ਜ਼ਰੂਰ ਉਹ ਜਸ ਟੀਵੀ ਦੇ ਥਰੂ ਤੁਹਾਡੇ ਤੱਕ ਪਹੁੰਚਾਉਣੀ ਚਾਹੁੰਦੇ ਹਾਂ। ਤਾਂ ਕਿ ਅੱਜ ਦੇ ਜ਼ਮਾਨੇ ਵਿੱਚ ਅਪਡੇਟ ਰਹਿਣਾ ਬਹੁਤ ਹੀ ਜ਼ਰੂਰੀ ਹੈ, ਨਹੀਂ ਤਾਂ ਆਪਾਂ ਪਿੱਛੇ ਪੈ ਜਾਂਦੇ। ਹੁਣ ਜਿਹੜਾ ਯੁੱਗ ਹੈ ਉਹ ਇਲੈਕਟ੍ਰੋਨਿਕ ਮੀਡੀਆ ਦਾ ਯੁੱਗ ਹੈ। ਇਲੈਕਟ੍ਰੋਨਿਕ ਮੀਡੀਆ ਦੇ ਥਰੂ ਹਰ ਮਿੰਟ ਬਾਅਦ ਤੁਹਾਨੂੰ ਅਪਡੇਟ ਮਿਲਦੀ ਹੈ, ਫੇਸਬੁੱਕ ਰਾਹੀਂ ਵੀ ਮਿਲਦੀ ਹੈ, ਟਵਿੱਟਰ ਰਾਹੀਂ ਮਿਲਦੀ ਹੈ, ਅਤੇ ਤੁਸੀਂ ਟੀਵੀ 'ਤੇ ਵੀ ਹਰ ਵੇਲੇ ਦੇਖ ਸਕਦੇ ਹੋ। ਅਤੇ ਇਸੇ ਤਰ੍ਹਾਂ ਹੀ ਅੱਜ ਆਪਾਂ ਗੱਲ ਕਰਾਂਗੇ ਲੋਕਲ ਪੀਜ਼ਾ ਜੋ ਗ੍ਰੀਨਵੁੱਡ ਤੋਂ ਆਪਣੇ ਪੰਜਾਬੀ ਵੀਰ ਦਾ ਹੈ ਜਿਸ ਨੂੰ ਮਿਲੇ, ਅਤੇ ਬੜਾ ਮਨ ਖੁਸ਼ ਹੋਇਆ ਉਹਨਾਂ ਨੂੰ ਮਿਲ ਕੇ ਕਿ ਉਹਨਾਂ ਨੇ ਲੋਕਲ ਪੀਜ਼ਾ ਜੋ ਹੈ ਪੰਜਾਬੀ ਤਰੀਕੇ ਦਾ ਸ਼ਿਕਾਗੋ ਟੇਸਟ ਦਾ ਰੀਜਨਲ ਪੀਜ਼ਾ ਆਉਣ ਲਈ ਉਹਨਾਂ ਨੇ ਇਹ ਆਰਡਰ ਕੀਤਾ ਹੋਇਆ, ਜਿਹੜਾ ਕੱਲ੍ਹ ਮੈਂ ਗਿਆ ਅਤੇ ਇੱਕ ਉਹ ਪਹਿਲੋਂ ਹੀ ਮਿਲਿਆ ਉਹਨਾਂ ਨੂੰ। ਬਹੁਤ ਹੀ ਵਧੀਆ ਪੀਜ਼ਾ, ਜਿਹੜਾ ਬਿਲਕੁਲ ਅਮੈਰੀਕਨ ਪੀਜ਼ਾ ਲੈ ਕੇ ਪੰਜਾਬੀ ਤਰੀਕੇ ਦੇ ਨਾਲ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ, ਜਿੱਥੇ ਆਪਾਂ ਕੁਛ ਉਹਨਾਂ ਦੇ ਅਮੈਰੀਕਨ ਕਸਟਮਰ ਨੂੰ, ਗੋਰੇ ਕਸਟਮਰ ਨੂੰ ਵੀ ਮਿਲੇ। ਅਤੇ ਉਹ ਆਪ ਵੀ ਉੱਥੇ ਹਮੇਸ਼ਾ ਰਹਿੰਦੇ ਨੇ, ਜਿਹੜੇ ਪੰਜਾਬੀ ਤਰੀਕੇ ਦੇ ਨਾਲ ਬਿਲਕੁਲ ਠੇਠ ਪੰਜਾਬੀ ਤਰੀਕੇ ਦੇ ਨਾਲ ਵੀ ਪੀਜ਼ਾ ਬਣਾ ਕੇ ਦੇਣਗੇ ਥੋੜ੍ਹੇ ਚਿਰਾਂ ਨੂੰ, ਉਹ ਆਪਣੇ ਨਾਲ ਜ਼ਰੂਰ ਜੋੜਨਗੇ। ਆਪਾਂ ਉਹਨਾਂ ਦੇ ਅਪਡੇਟ, ਜਿਹੜਾ ਮੈਨਿਊ ਹੈ ਤੁਸੀਂ ਆ ਪਿੱਛੇ ਕਿਚਨ 'ਚ ਵੀ ਬਣਦਾ ਦੇਖ ਰਹੇ ਹੋ ਕਿ ਬੜੇ ਬੜੇ ਹੀ ਵਧੀਆ ਅਤੇ ਕਲੀਨ ਤਰੀਕੇ ਦੇ ਨਾਲ, ਜਿਹੜਾ ਆਟਾ ਗੁੰਨਣ ਵਾਲੀ ਮਸ਼ੀਨ ਵੀ ਮੈਨੂੰ ਉੱਥੇ ਮਿਲੀ ਕਿ ਉਹ ਫਰੈਸ਼ ਆਟਾ ਹਰ ਰੋਜ਼ ਗੁੰਨਦੇ ਨੇ, ਅਤੇ ਫਰੈਸ਼ ਬੈਜੀਆਂ ਹੋਰ ਬਹੁਤ ਚੀਜ਼ਾਂ ਜਿਹੜੀਆਂ ਉਹਨੇ ਮੈਨੂੰ ਦੱਸੀਆਂ। ਆਪਾਂ ਉਹਨਾਂ ਤੋਂ ਰੂਬਰੂ ਕਰਕੇ ਜ਼ਰੂਰ ਪੁੱਛਾਂਗੇ ਕਿ ਉਹਨਾਂ ਦੇ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਫਰੈਸ਼ ਆਉਂਦੀ ਹੈ। ਪੀਜ਼ਾ ਜਿਹੜਾ ਸੀ ਉਹ ਤਾਂ ਬਿਲਕੁਲ ਹੀ ਫਰੈਸ਼ ਸੀ, ਜਿਹੜਾ ਮੁੰਡੇ ਨੇ ਦਿਖਾਲਿਆ ਅਤੇ ਦੱਸਿਆ ਕਿ ਆਹ ਪੀਜ਼ਾ ਦੇਖੋ, ਇਹ ਪੀਜ਼ਾ ਵੀ ਇੱਦਾਂ ਦਾ ਕਿ ਇਹਨੂੰ ਹੀ ਪੰਜਾਬੀ ਤਰੀਕੇ ਦੇ ਨਾਲ, ਜੇ ਆਪਾਂ ਦੇਖੀਏ ਕਿ ਪੰਜਾਬੀ ਪੀਜ਼ਾ ਵਿੱਚ ਗੋਭੀ ਅਦਕਰ ਜੋ ਵੀ ਤੁਸੀਂ ਪਾਉਣਾ ਹੋਵੇ, ਜੇ ਉਹਨਾਂ ਕੋਲ ਨਹੀਂ ਉਹ ਕਹਿੰਦੇ ਘਰੋਂ ਲੈ ਆਓ ਤੇ ਪਤਾ ਵੀ ਪਾ ਦੇਣਗੇ। ਪੀਜ਼ਾ ਰੀਜ਼ਨੇਬਲ ਪ੍ਰਾਈਸ ਔਰ ਬੜਾ ਹੀ ਟੇਸਟੀ ਪੀਜ਼ਾ, ਆਪਾਂ ਕਹਿ ਸਕਦੇ ਹਾਂ ਕਿ ਇੰਨਾ ਟੇਸਟੀ। ਅਤੇ ਵੱਡੀ ਗੱਲ ਦੇਖਣ ਨੂੰ ਹੋਰ ਮਿਲੀ ਕਿ ਉਹ ਫਾਰਮਰਾਂ ਨੂੰ ਸਪੋਰਟ ਕਰਦੇ ਨੇ, ਇੱਕ ਆਪਣੇ ਵੀਰ ਪੰਜਾਬੀ ਵੀਰ ਜਿਨ੍ਹਾਂ ਨੇ ਫਾਰਮਰਾਂ ਦਾ ਪੋਸਟਰ ਬਣਾ ਕੇ ਆਪਣੇ ਬਿਜ਼ਨਸ 'ਤੇ ਰੱਖਿਆ ਹੋਇਆ, ਜਿਹੜੇ ਗੋਰੇ ਵੀ ਆ ਕੇ ਕੁਐਸਚਨ ਕਰਦੇ ਨੇ। ਇਹ ਸੀ ਜੀ ਇੱਕ ਅਮੈਰੀਕਨ ਫੈਮਿਲੀ ਜਿਹੜੀ ਪੀਜ਼ਾ ਖਾਣਾ ਹੋਈ ਸੀ, ਜਿਨ੍ਹਾਂ ਨੇ ਬਹੁਤ ਹੀ ਵਧੀਆ ਰਿਵਿਊ ਦਿੱਤੇ, ਕਹਿੰਦੇ ਬਹੁਤ ਹੀ ਟੇਸਟੀ ਪੀਜ਼ਾ ਆ, ਪੰਜਾਬੀਆਂ ਨੇ ਬੜੀਆਂ ਮੱਲਾਂ ਮਾਰੀਆਂ ਨੇ। ਇਹ ਜਿਹੜੇ ਪੀਜ਼ਾ ਉਹਨੇ ਇਸ ਤਰੀਕੇ ਦਾ ਖੋਲਿਆ ਹੋਇਆ ਕਿ ਅਮੈਰੀਕਨ ਪੀਜ਼ਾ ਲੈ ਕੇ ਉਹਨੂੰ ਪੰਜਾਬੀ ਪੀਜ਼ਾ ਬਣਾ ਦਿੱਤਾ, ਅਤੇ ਜਿੱਥੇ ਆਪਣੇ ਅਮੈਰੀਕਨ ਵੀ ਖਾਣਾ ਖਾ ਕੇ ਖੁਸ਼ ਹੁੰਦੇ ਨੇ। ਅਤੇ ਆਪਾਂ ਚੈੱਕ ਇਨ ਕਰਾਂਗੇ ਉਹਨਾਂ ਨਾਲ ਥੋੜ੍ਹੇ ਚਿਰ, ਇਸੇ ਤਰ੍ਹਾਂ ਜੁੜੇ ਰਹੋ ਜਸ ਟੀਵੀ ਦੇ ਨਾਲ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਲੈ ਕੇ ਉਹਨਾਂ ਨੂੰ ਦੇਖਦੇ ਹਾਂ ਕਿ ਉਹ ਕਿੱਥੇ ਨੇ, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਮੈਂ ਜਿਮੀ ਫਿਰ ਹਾਜ਼ਰ ਹਾਂ ਇੱਕ ਵਾਰ ਤੁਹਾਨੂੰ ਏਸੀ ਇੰਡੀਅਨ ਐਪਸ ਦੇ ਮਾਮਲੇ ਦੇ ਵਿੱਚ ਲੈ ਕੇ, ਅਤੇ ਪੀਜ਼ੇ ਬਾਰੇ ਆਪਾਂ ਗੱਲ ਕਰਦੇ ਪਏ ਸੀ, ਅਤੇ ਸਾਡੇ ਨਾਲ ਹੁਣ ਉਸ ਪੀਜ਼ੇ ਦੇ ਓਨਰ ਕਰਤਾ ਧਰਤਾ ਜੋ ਉਸਨੂੰ ਚਲਾ ਰਹੇ ਨੇ, ਜਿਨ੍ਹਾਂ ਨਾਲ ਮੁਲਾਕਾਤ ਵੀ ਹੋਈ, ਜਿਨ੍ਹਾਂ ਨੇ ਮੈਨੂੰ ਵੀ ਪੀਜ਼ਾ ਟੇਸਟ ਕਰਾਇਆ, ਉਹ ਸਾਡੇ ਨਾਲ ਜੁੜ ਚੁੱਕੇ ਨੇ, ਹਰਜਾਪ ਸਿੰਘ ਜੀ ਜਾਫੀ। ਅਤੇ ਆਪਾਂ ਉਹਨਾਂ ਨੂੰ ਜ਼ਰੂਰ ਵੈਲਕਮ ਕਹਿੰਦੇ ਹਾਂ। ਹਰਜਾਪ ਸਿੰਘ ਜੀ, ਤੁਹਾਡਾ ਸਵਾਗਤ ਹੈ ਜਸ ਟੀਵੀ 'ਤੇ।
ਹਾਂਜੀ ਬਰਾੜ ਭਾਜੀ ਤੇ ਤੁਹਾਨੂੰ ਸੁਣਨ ਵਾਲੇ ਸਾਰੇ ਜਸ ਪੰਜਾਬੀ ਦੀ ਟੀਵੀ ਦੀ ਟੀਮ ਆ ਜਿਹੜੀ ਜਾਂ ਜਿੰਨੇ ਵੀ ਤੁਹਾਨੂੰ ਸੁਣਨ ਵਾਲੇ ਸਰੋਤੇ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਮੌਕਾ ਦਿੱਤਾ ਤੇ ਸਾਡੇ ਇਸ ਜਿਹੜਾ ਇਹ ਰੈਸਟੋਰੈਂਟ ਹੈਗਾ ਆ ਸ਼ਿਕਾਗੋ ਪੀਜ਼ਾ ਵਿਦ ਅ ਟਵਿਸਟ। ਸੋ ਤੁਸੀਂ ਆਏ ਸੀ, ਤੁਸੀਂ ਖੁਦ ਵੀ ਸਵਾਦ ਵੇਖਿਆ ਤੇ ਤੁਹਾਡਾ ਅਸੀਂ ਧੰਨਵਾਦੀ ਹਾਂ। ਹਾਂਜੀ ਭਾਅ ਜੀ, ਆਪਾਂ ਜ਼ਰੂਰ ਕਮਿਊਨਿਟੀ ਨੂੰ ਇਹ ਲੈ ਕੇ ਆਉਣਾ ਚਾਹੁੰਦੇ ਸੀ ਕਿ ਸਾਡੇ ਪੰਜਾਬੀਆਂ ਨੇ ਹਰ ਚੀਜ਼ਾਂ ਦੇ ਉੱਤੇ ਮੱਲਾਂ ਮਾਰੀਆਂ ਹੋਈਆਂ ਨੇ। ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਜਦੋਂ ਤੁਸੀਂ ਪੀਜ਼ਾ ਦਿਖਾ ਲਿਆ, ਸਾਰੀ ਕਿਚਨ ਦਿਖਾ ਲਈ, ਸਾਰਾ ਕੁਝ ਦਿਖਾ ਲਿਆ, ਤੇ ਮੈਂ ਜ਼ਰੂਰ ਇਹ ਲੈ ਕੇ ਆਉਣਾ ਚਾਹੁੰਦਾ ਸੀ ਕਿ ਸ਼ਿਕਾਗੋ ਟਵਿਸਟ ਦੇ ਪੀਜ਼ੇ ਦੇ ਮਾਲਕ ਪੰਜਾਬੀ ਭਾਈ ਜਿਨ੍ਹਾਂ ਨੇ ਗੋਰੇ ਵੀ ਉੱਥੇ ਮਿਲੇ, ਜਿਨ੍ਹਾਂ ਨੇ ਇੱਕ ਪੀਜ਼ੇ ਨੂੰ ਲੈ ਕੇ ਮੈਨੂੰ ਤੁਸੀਂ ਕੈਨੇਡਾ ਚੇਤੇ ਕਰਾਤਾ ਕਿ ਇਹਦਾ ਪੀਜ਼ਾ ਕੈਨੇਡਾ ਬਣਦਾ ਸੀ ਕਿ ਤੁਸੀਂ ਗੋਭੀ ਪਵਾ ਲਓ, ਚਾਹੇ ਅਦਰਕ ਪਵਾ ਲਓ, ਚਾਹੇ ਲਸਣ ਪਵਾ ਲਓ, ਚਾਹੇ ਅਚਾਰ ਪਵਾ ਲਓ। ਮੈਨੂੰ ਉਹ ਸਮਾਂ ਯਾਦ ਆ ਗਿਆ ਜਦੋਂ ਮੈਂ ਕੈਨੇਡਾ ਜਾਂਦਾ, ਉੱਥੇ ਪੰਜਾਬੀਆਂ ਦੇ ਪੀਜ਼ੇ ਹੁੰਦੇ ਤੇ ਮੈਂ ਬੜੀ ਖੁਸ਼ੀ ਹੁੰਦੀ, ਉਹਨੂੰ ਕਹਿਣਾ ਕੀ ਪਾਉਣਾ ਭਾਜੀ, ਕਹਿੰਦੇ ਸੀ ਜੋ ਪਾਉਣਾ ਪੰਜਾਬੀ ਤਰੀਕੇ ਨਾਲ, ਬਾਅਦ ਚ ਧਨੀਆ ਵੀ ਪਾਉਂਦੇ ਸੀ ਪੇਦੇ ਪੱਤ, ਕਹਿੰਦੇ ਵੀ ਜੱਗ ਪਵਾ ਲਓ। ਤੇ ਇੱਕ ਹਾਂਜੀ ਦੇਖ ਕੇ ਖੁਸ਼ੀ ਹੋਈ। ਦੂਜਾ ਇੱਕ ਤੁਹਾਡੇ ਮੇਰੇ ਮਨ ਚ ਕੁਐਸਚਨ ਆਇਆ ਜੀ, ਉਹ ਜਿਹੜਾ ਪੁੱਛਣਾ ਸੀ ਕਿ ਤੁਹਾਨੂੰ ਇਹ ਪੀਜ਼ਾ ਖੋਲਣ ਦੀ ਜਾਂ ਰੈਸਟੋਰੈਂਟ ਦੀ ਕਦੋਂ ਤੋਂ ਇਸ ਕੰਮ ਚੋਂ? ਦੇਖੋ ਵੈਸੇ ਮੈਂ ਬਹੁਤ ਪਹਿਲਾਂ ਅਰਾਊਂਡ 1998 ਦੇ ਵਿੱਚ ਮੈਂ ਨਿਊਜ਼ੀਲੈਂਡ ਦੇ ਵਿੱਚ ਗਿਆ ਸੀ ਤੇ ਉਸ ਵੇਲੇ ਮੈਂ ਕਬੱਡੀ ਖੇਡਦਾ ਹੁੰਦਾ ਸੀ ਪਰ ਨਾਲ ਮੈਨੂੰ ਕੁਕਿੰਗ ਦਾ ਸ਼ੌਂਕ ਸੀ ਤੇ ਮੈਂ ਕੁਕਿੰਗ ਦੇ ਵੀਜ਼ੇ ਦੇ ਉੱਤੇ ਨਿਊਜ਼ੀਲੈਂਡ ਗਿਆ ਸੀਗਾ ਤੇ ਉਸ ਵੇਲੇ ਉੱਥੇ ਮੈਂ ਰੈਸਟੋਰੈਂਟ ਦੇ ਵਿੱਚ ਹੀ ਜੌਬ ਕਰਦਾ ਸੀ ਜਿਹੜਾ ਕਿ ਇੰਡੀਅਨ ਰੈਸਟੋਰੈਂਟ ਕਹਿ ਲਈਏ ਆਪਾਂ, ਪੰਜਾਬੀ ਰੈਸਟੋਰੈਂਟ ਸੀਗਾ ਸਾਡਾ ਲਵਲੀ ਇੰਡੀਆ ਰੈਸਟੋਰੈਂਟ। ਤੇ ਉਹਦੇ ਵਿੱਚ ਕੰਮ ਕਰਦੇ ਕਰਦਿਆਂ ਫਿਰ ਮੈਂ ਆਪ ਆਪਣਾ ਟੇਕਅਵੇ ਬਣਾਇਆ ਜਿਹੜਾ ਕਿ ਕੰਟੀਨੈਂਟਲ ਫੂਡ ਦਾ ਸੀ ਤੇ ਫਿਸ਼ ਐਂਡ ਚਿਪ ਸ਼ਾਪ ਵਗੈਰਾ ਉਹਦੇ 'ਚ ਕੰਮ ਕਰਦਾ ਰਿਹਾ ਤੇ ਉਸ ਤੋਂ ਬਾਅਦ ਫਿਰ ਇੰਨੀ ਕੁ ਲਗਨ ਲੱਗੀ ਫੂਡ ਦੇ ਵਿੱਚ ਜਾਂ ਜੇ ਕਹਿ ਲਈਏ ਜਿਹੜੀ ਨਿਊਜ਼ੀਲੈਂਡ ਜਾਣ ਨੂੰ ਮੈਂ ਤਿਆਰੀ ਕੀਤੀ ਸੀ ਜਿਹੜੀ ਅੰਬੈਸੀ ਦੇ ਲਈ, ਉਸ ਵੇਲੇ ਮੈਂ ਇੰਨੀਆਂ ਕੁ ਕਿਤਾਬਾਂ ਪੜ੍ਹ ਲਈਆਂ ਸੀ ਫੂਡ ਦੇ ਸੰਬੰਧਿਤ ਵੀ ਮੈਂ ਇੰਟਰਵਿਊ ਦੇ ਵਿੱਚੋਂ ਫੇਲ ਨਾ ਹੋ ਜਾਵਾਂ, ਕਿਉਂ ਆਪਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਜੋਬਾਂ ਤਾਂ ਹੁੰਦੀਆਂ ਨਹੀਂ, ਹਰੇਕ ਨੌਜਵਾਨ ਨੂੰ ਹੁੰਦਾ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਬਾਹਰ ਨਿਕਲ ਜਾਈਏ, ਪਰ ਉਹ ਰਾਈਟ ਵੇ ਸੀ ਵੀ ਹਾਂ ਵੀ ਅਸੀਂ ਕੁੱਕ ਦਾ ਜਿਹੜਾ ਇੱਕ ਬਹੁਤ ਵਧੀਆ ਆਪਸ਼ਨ ਸੀਗਾ। ਤੇ ਫਿਰ ਮੈਨੂੰ ਉਮੀਦ ਆ ਵੀ ਮੈਨੂੰ 250 ਤੋਂ ਵੱਧ ਸਵਾਲ ਜਿਹੜੇ ਸੀ ਉਹ ਨਿਊਜ਼ੀਲੈਂਡ ਦੇ ਜਿਹੜੇ ਅੰਬੈਸੀ ਦਾ ਸੀਗਾ ਆਫਿਸਰ ਉਹਨੇ ਪੁੱਛੇ ਸੀ, ਜਿਹਨਾਂ ਵਿੱਚੋਂ ਇੱਕ ਵੀ ਸਵਾਲ ਜਿਹੜਾ ਉਹ ਗਲਤ ਨਹੀਂ ਸੀ, ਕਿਉਂ ਮੈਂ ਬੁੱਕਾਂ ਇੰਨੀਆਂ ਕੁ ਪੜ੍ਹ ਲਈਆਂ ਸੀ ਨਾਲ ਦੀ ਨਾਲ ਜਿਹੜਾ ਮੈਂ ਉੱਥੇ ਕੋਰਸ ਕੀਤਾ ਸੀ ਕੁਕਿੰਗ ਦਾ ਜਾਂ ਰੈਸਟੋਰੈਂਟ ਦੇ ਵਿੱਚ ਮੈਂ ਜਿਹੜੀ ਜੋਬ ਕੀਤੀ ਸੀ, ਉਹਨੇ ਮੈਨੂੰ ਇੰਨਾ ਕੁ ਇਹਦੇ ਵਿੱਚ ਫੂਡ ਵੱਲ ਨੂੰ ਹਮੇਸ਼ਾ ਸੋਚ ਰੱਖੀ ਵੀ ਹਾਂ ਫੂਡ ਦੇ ਵਿੱਚ ਜ਼ਰੂਰ ਆਉਣਾ ਆ, ਜਦਕਿ ਆਪਣਾ ਚਾਹੁੰਦਾ ਸੀ ਵੀ ਆਪਣਾ ਵੀ ਤਜਰਬਾ ਕਰਾਂ ਜਿਹਦੇ ਵਿੱਚ ਮੈਂ ਇਨ ਫਿਊਚਰ ਚਾਹੁੰਦੇ ਹਾਂ ਵੀ ਇੱਕ ਡਿਫਰੈਂਟ ਹੋਵੇ। ਸੋ ਇਹ ਚੀਜ਼ ਮੈਨੂੰ ਲੱਗੀ ਇੱਕ ਵੱਖਰੀ ਵੀ ਪੀਜ਼ਾ ਟਵਿਸਟ ਜਿਹੜਾ ਆ ਇਹ ਬਿਲਕੁਲ ਬਾਕਮਾਲ ਟਵਿਸਟ ਹੈਗਾ ਆ, ਇੱਕ ਬਿਲਕੁਲ ਡਿਫਰੈਂਟ ਟੇਸਟ ਆ ਇਹਨਾਂ ਦਾ ਤੇ ਇਹਨਾਂ ਦੀ ਜਿਹੜੀ ਆ ਕੁਆਲਿਟੀ ਜਿਹੜੀ ਆ ਉਹ ਮੈਨੂੰ ਇੱਧਰ ਨੂੰ ਖਿੱਚ ਕੇ ਲੈ ਕੇ ਆਈ ਆ ਵੀ ਹਾਂ ਮੈਨੂੰ ਅੱਜ ਆਫਟਰ 18 ਸਾਲ ਬਾਅਦ ਜਾਂ ਕਹਿ ਲਿਆ ਜਾਵੇ 15 ਸਾਲ ਬਾਅਦ ਜੇ ਮੈਂ ਕੁਕਿੰਗ ਦੇ ਵਿੱਚ ਜਾਂ ਇਸ ਫੂਡ ਲਾਈਨ ਦੇ ਵਿੱਚ ਆਇਆ ਤਾਂ ਬਿਲਕੁਲ ਟਵਿਸਟ ਦੇ ਨਾਲ ਆਇਆ ਹੈਗਾ। ਹਾਂਜੀ ਬਿਲਕੁਲ, ਤੁਹਾਡਾ ਬਿਲਕੁਲ ਇਹ ਮੰਨਣਾ ਪਊਗਾ ਕਿ ਵਾਕਈ ਟਵਿਸਟ ਹੈ, ਕਿਉਂਕਿ ਇੱਕ ਪੀਜ਼ਾ ਜਿਹੜਾ ਹੈ ਉਹ ਵੈਸੇ ਤਾਂ ਰੀਜਨਲ ਇਟਾਲੀਆ ਤੋਂ ਚੱਲਿਆ ਸੀ, ਲੇਕਿਨ ਅਮੈਰੀਕਨਾਂ ਨੇ ਪੀਜ਼ਾ ਚੁੱਕ ਕੇ ਉਸ ਵਰਲਡ ਤੇ ਪਹੁੰਚਾ ਦਿੱਤਾ ਜਿੱਥੇ ਪੀਜ਼ੇ ਦੀ ਹਰ ਕੋਈ ਬੰਦਾ ਪੀਜ਼ਾ ਖਾਣਾ ਚਾਹੁੰਦਾ। ਲੇਕਿਨ ਤੁਸੀਂ ਜਿਹੜਾ ਕੀਤਾ ਕਿ ਅਮੈਰੀਕਨ ਪੀਜ਼ਾ ਲੈ ਕੇ ਉਹਨੂੰ ਪੰਜਾਬੀ ਟਵਿਸਟ ਮਾਰ ਦਿੱਤਾ, ਤੁਸੀਂ ਆਓ ਤੇ ਜਿੱਦਾਂ ਦਾ ਵੀ ਪੰਜਾਬੀ ਆਪਣੇ ਖਾਣਾ ਚਾਹੁੰਦੇ ਨੇ ਉਦਾਂ ਦਾ ਤੁਸੀਂ ਉਹਨਾਂ ਨੂੰ ਬਣਾ ਕੇ ਦਓਗੇ, ਕਰੰਚੀ ਸੌਫਟ ਜਿੱਦਾਂ ਦਾ ਤੁਹਾਨੂੰ ਚਾਹੀਦਾ। ਵੈਸੇ ਕਾਫੀ ਲੋਕਾਂ ਨਾਲ ਗੱਲ ਕੀਤੀ, ਉਹ ਕਹਿੰਦੇ ਕਈਆਂ ਨੂੰ ਤਾਂ ਪਤਾ ਨੀ ਪੰਜਾਬੀ ਟਵਿਸਟ ਪੀਜ਼ਾ ਹੈਗਾ ਕਿੱਥੇ। ਮੈਂ ਕਿਹਾ ਨਹੀਂ, ਦੋ ਤਿੰਨ ਖੁੱਲੇ ਹੋਏ ਨੇ ਇੰਡੀਆਨਾ ਦੇ ਵਿੱਚ। ਫਿਰ ਉਹਨੂੰ ਜਦੋਂ ਗ੍ਰੀਨਵੁੱਡ ਦਾ ਦੱਸਿਆ ਤੇ ਇਹ ਵੀ ਉੱਥੇ ਵੀ ਦੇਖਣ ਨੂੰ ਦੋ ਮਿਲੇ, ਫਿਰ ਪਤਾ ਕਰਨਾ ਪਿਆ ਕਿ ਤੁਹਾਡੀ ਜਿਹੜੀ ਫਰੈਂਚਾਈਜ਼ ਆ ਉਹਨਾਂ ਦੇ ਥਰੂ ਕੀਤਾ ਕਿ ਅਸਲੀ ਪੀਜ਼ੇ ਵਾਲੇ ਕੌਣ ਆ। ਉਹਨੇ ਫਿਰ ਤੁਹਾਡਾ ਦੱਸਿਆ ਕਿ ਅਸਲੀ ਪੀਜ਼ੇ ਵਾਲੇ ਭਾਈ ਗ੍ਰੀਨਵੁੱਡ ਜਿਹੜੇ ਬਿਲਕੁਲ ਕਰੋਗਰ ਜਿੱਥੇ ਉਹਦੇ ਉਹ ਸ਼ਾਪਿੰਗ ਮਾਲ ਦੇ ਵਿੱਚ ਆ ਉਹ ਅਸਲੀ ਵਾਲੇ, ਉਹਦੇ ਕਰਕੇ ਫਿਰ ਆਏ। ਜਿਹੜਾ ਪੀਜ਼ਾ ਖਾਧਾ ਉਹ ਵੀ ਬੜਾ ਵਧੀਆ ਸੀ। ਤੇ ਦੂਸਰਾ ਮੈਨੂੰ ਇਹ ਦੱਸੋ ਕਿ ਜਿਹੜਾ ਇਹ ਪੀਜ਼ਾ ਆ ਪੀਜ਼ਾ ਟਵਿਸਟ ਆ ਜੀ, ਇਹ ਸ਼ਿਕਾਗੋ, ਵੈਸੇ ਅਸੀਂ ਤਾਂ ਸ਼ਿਕਾਗੋ ਵਾਲਾ ਪੀਜ਼ਾ ਵੀ ਤੁਸੀਂ ਦੇਖਿਆ ਹੋਣਾ ਜੀ, ਤੁਸੀਂ ਇਹਨਾਂ ਦਾ ਜਿਹੜਾ ਸਾਰਾ ਮਟੀਰੀਅਲ ਆ ਉਹ ਕਿੱਦਾਂ ਦਾ, ਕੁਆਲਿਟੀ ਦਾ ਬੜਾ ਫਰਕ ਸੀ ਤੁਹਾਡੇ ਪੀਜ਼ੇ ਦਾ, ਕਿ ਉਹ ਮਟੀਰੀਅਲ ਕਿੱਦਾਂ, ਇੰਨਾ ਫਰਕ ਕਿੱਦਾਂ ਹੋ ਸਕਦਾ? ਦੇਖੋ ਜਿਹੜੀ ਸਭ ਤੋਂ ਵੱਡੀ ਗੱਲ ਹੈ, ਜਿਹੜੀ ਸਾਡੀ ਫਰੈਂਚਾਈਜ਼ ਹੈਗੀ ਆ ਨਾ ਹਰਪ੍ਰੀਤ ਸਿੰਘ ਦੇ ਆਪਾਂ ਜੀ ਹੁਣੀ ਇਹ ਸਾਰੇ ਨੂੰ ਰਨ ਕਰਦੇ ਹੈਗੇ ਆ, ਉਹਨਾਂ ਦੀ ਮੇਨ ਫੋਕਸ ਇਸ ਗੱਲ ਤੇ ਹੀ ਰਹਿੰਦਾ ਆ ਵੀ ਜਿਹੜੀ ਕੁਆਲਿਟੀ ਆ ਉਹ ਨਾ ਬਿਲਕੁਲ ਵੀ ਜਿਹੜੀ ਡਾਊਨ ਜਾਵੇ। ਸੋ ਜਿਹੜੀਆਂ ਅਸੀਂ ਸੌਸ ਵਰਤਦੇ ਹਾਂ, ਇਹ ਨਹੀਂ ਹੈ ਵੀ ਸੌਸ ਬਣਾ ਸਕਦਾ। ਮੈਨੂੰ ਲੱਗਦਾ ਵੀ ਮੈਨੂੰ ਫੂਡ ਦਾ, ਮੈਂ ਸਮਝਦਾ ਹਾਂ ਵੀ ਜਿੰਨਾ ਕੁ ਮੈਂ ਪੜ੍ਹਿਆ ਫੂਡ ਬਾਰੇ ਜਾਂ ਜਿੰਨਾ ਕੁ ਮੇਰਾ ਤਜਰਬਾ ਰਿਹਾ, ਮੈਂ ਹਾਈ ਲੈਵਲ ਦੇ ਕੁੱਕ ਦੇ ਨਾਲ ਜਿਹੜੇ ਗੜਵਾਲ ਦੇ 5-star ਹੋਟਲ ਦੇ ਕੁੱਕ ਆ
ਉਹਨਾਂ ਨਾਲ ਵੀ ਮੈਂ ਵਰਕ ਕੀਤਾ ਹੋਇਆ ਅਤੇ ਮੇਰੇ ਲਈ ਸੌਸਾਂ ਮਿਲਾਉਣੀਆਂ ਕੋਈ ਔਖੀਆਂ ਨਹੀਂ ਹੈ। ਪਰ ਮੈਂ ਉਹ ਚੀਜ਼ ਵੇਖੀ ਵੀ ਨਹੀਂ ਵੀ ਜਿਹੜੀ ਇਹਨਾਂ ਨੇ ਅਥੈਂਟਿਕ ਦੀ ਜਿਹੜੀ ਇਹਨਾਂ ਦੀ ਕੁਆਲਿਟੀ ਆ ਸੌਸ ਦੀ, ਚਾਹੇ ਕਰੀ ਸੌਸ ਆ ਜਾਂ ਟਿੱਕਾ ਸੌਸ ਆ, ਵੀ ਅਸੀਂ ਖੁਦ ਨਹੀਂ ਉਹ ਤਿਆਰ ਕਰ ਸਕਦੇ, ਉਹ 'ਤੇ ਬਹੁਤ ਉਹਨਾਂ ਨੇ ਵਰਕ ਕੀਤਾ ਹੋਇਆ। ਪਹਿਲੀ ਤਾਂ ਗੱਲ ਸੌਸ ਦੇ ਉੱਤੇ ਹੀ ਪੀਜ਼ਾ ਡਿਪੈਂਡ ਕਰਦਾ, ਦੂਸਰੀ ਗੱਲ ਜਿਹੜੀ ਉਹਨਾਂ ਨੇ ਡੋਹ ਦੀ ਹੈ ਜਿਹੜੀ ਸਾਡੀ ਗੱਲ, ਵੀ ਐਂ ਨਹੀਂ ਹੈ ਵੀ ਇੱਥੋਂ ਜਾ ਕੇ ਰੈਸਟੋਰੈਂਟ ਡਿਪੂ ਤੋਂ ਜਾ ਕੇ ਤੋਂ ਜੀਸਟ ਚੱਕ ਲਿਆਂਦਾ, ਚੱਕ ਕੇ ਲਿਆ ਕੇ ਅਸੀਂ ਦੇਸੀ ਜਿਹਾ ਕੰਮ ਕਰ ਲਿਆ ਵੀ ਹਾਂ ਵੀ ਇਹਦੇ ਨਾਲ ਸਾਡਾ ਜਿਹੜਾ ਜੀਸਟ ਆ ਜਿਹੜਾ ਅਸੀਂ ਪੀਜ਼ੇ ਦੇ ਡੋਹ ਦੇ ਵਿੱਚ ਪਾਉਂਦੇ ਹਾਂ ਉਹ ਕੁਆਲਿਟੀ ਆ, ਦੈਟਸ ਮੇਕ ਡਿਫਰੈਂਸ। ਸਾਡਾ ਜਿਹੜਾ ਡੋਹ ਆ ਬੈਸਟ ਡੋਹ ਆ, ਸਾਡਾ ਹੈਂਡ ਟੋਸਟ ਜਿਹੜੇ ਇੱਥੇ ਗੋਰੇ ਵੀ ਆਉਂਦੇ ਆ। ਪਹਿਲਾਂ ਤਾਂ ਇਵੇਂ ਲੱਗਦਾ ਸੀ ਲੋਕਾਂ ਨੂੰ ਵੇਖਣ ਨੂੰ ਵੀ ਸ਼ਾਇਦ ਇਹ ਇਕੱਲਾ ਕੋਈ ਅਰਬੀਅਨ ਦਾ, ਕਿਉਂ ਮੈਂ ਸਾਬਤ ਸੂਰਤ ਹੈਗਾ ਆ ਕੰਮ ਦੇ ਉੱਤੇ, ਮੈਨੂੰ ਸਰੂਪ ਮੰਨਣਾ ਪੈਂਦਾ, ਕਈ ਲੋਕ ਆਉਂਦੇ ਸੀ। ਪਰ ਜਿਹੜਾ ਇੱਥੇ ਆ ਕੇ ਬਹਿ ਗਿਆ ਗੋਰਾ ਜਾਂ ਜਿਹੜੇ ਅਮੈਰੀਕਨ ਜਿਹੜੇ ਬਹਿ ਗਏ, ਉਹ ਮੁੜ ਕੇ ਵਾਪਸ ਇੱਕ ਨਹੀਂ ਦੋ ਨਹੀਂ, ਉਹ ਫੈਮਲੀਆਂ ਨੂੰ ਲੈ ਲੈ ਆਉਂਦੇ ਆ। ਜਿਵੇਂ ਤੁਸੀਂ ਵੀ ਕੱਲ੍ਹ ਨਜ਼ਾਰਾ ਵੇਖਿਆ ਸੀ, ਪਹਿਲਾਂ ਇੱਕ ਆਇਆ, ਮੁੜ ਕੇ ਹੋਰ ਵੀ ਰਿਲੇਟਿਵਸ ਨੂੰ ਲੈ ਕੇ ਆਇਆ। ਤੁਹਾਡੇ ਜਾਣ ਤੋਂ ਬਾਅਦ ਤਾਂ ਇੱਥੇ ਕਹਿ ਲਓ ਵੀ ਇੱਕ ਤਰ੍ਹਾਂ ਦਾ ਰੈਸਟੋਰੈਂਟ ਦੇ ਵਿੱਚ ਮੇਲਾ ਹੀ ਲੱਗ ਗਿਆ ਸੀ, ਪੂਰਾ ਅਸੀਂ ਫੁੱਲ ਸੀਗੇ। ਤੇ ਜਿਹੜੀ ਗੱਲ ਮੇਨਲੀ ਪੀਜ਼ੇ ਨੂੰ ਬੈਟਰ ਬਣਾਉਂਦੀ ਆ ਉਹ ਡੋਹ ਬਣਾਉਂਦਾ ਆ, ਦੂਜੀ ਗੱਲ ਜਿਹੜੀ ਆ ਉਹਦੀਆਂ ਜਿਹੜੀਆਂ ਸੌਸ ਆ ਜਿਹੜੀਆਂ, ਚਾਹੇ ਟਿੱਕੇ ਦੀ ਸੌਸ ਆ, ਕਰੀ ਸੌਸ ਆ, ਤੰਦੂਰੀ ਸੌਸ ਆ, ਜਾਂ ਜਿਹੜੀਆਂ ਸਾਡੀਆਂ ਵਾਈਟ ਸੌਸ ਆ, ਮੇਨਲੀ ਗੱਲ ਸਭ ਤੋਂ ਵੱਡੀ ਸਾਡੀ ਕਮਿਊਨਿਟੀ ਦਾ, ਅਸੀਂ ਆਪਣੀ ਕਮਿਊਨਿਟੀ ਦਾ ਕਿਵੇਂ ਖਿਆਲ ਰੱਖਦੇ ਹਾਂ, ਸਾਡੀਆਂ ਸਾਰੀਆਂ ਸੌਸ, ਸਾਡੇ ਸਾਰੇ ਡੋਹ ਏ ਟੂ ਜੀ 100% ਵੈਜੀਟੇਰੀਅਨ ਆ, ਕਿਸੇ ਦੇ ਵਿੱਚ ਵੀ ਐਗ ਨਹੀਂ ਪੈਂਦਾ ਹੈਗਾ, ਸਭ ਤੋਂ ਵੱਡੀ ਇਹ ਗੱਲ ਹੈ। ਦੂਸਰੀ ਗੱਲ, ਅਸੀਂ ਕਮਿਊਨਿਟੀ ਲੇਅਰ ਰੱਖੀ ਆ, ਸਾਡੀ ਵੱਡੀ ਕਮਿਊਨਿਟੀ ਜਿਹੜੀ ਆ ਉਹ ਵੈਜੀਟੇਰੀਅਨ ਹੁੰਦੀ ਆ, ਜਿਹੜਾ ਸਾਡਾ ਵੈਜੀਟੇਰੀਅਨ ਹੈ ਜਿੱਥੋਂ ਅਸੀਂ ਬਣਾਉਂਦੇ ਆ ਉਹ ਬਿਲਕੁਲ ਵੱਖਰਾ ਆ, ਜਿਹੜੇ ਸਾਡੇ ਮੀਟ ਵਾਲੇ ਪ੍ਰੋਡਕਟ ਆ ਉਹ ਅਸੀਂ ਵੱਖਰੇ ਫਰਿੱਜਰ ਦੇ ਵਿੱਚ ਰੱਖਦੇ ਹਾਂ, ਜਿਹੜੇ ਸਾਡੇ ਵੈਜੀਟੇਰੀਅਨ ਪ੍ਰੋਡਕਟ ਆ ਅਸੀਂ ਵੱਖਰੇ ਰੱਖਦੇ ਹਾਂ। ਜਦੋਂ ਅਸੀਂ ਵੈਜੀਟੇਰੀਅਨ ਨੂੰ ਬਣਾਉਣਾ ਆ, ਜਿਹੜਾ ਸਾਡਾ ਕੂਲ ਚਿੱਲਰ ਹੈਗਾ ਜਿਹਦੇ ਵਿੱਚ ਅਸੀਂ ਮੀਟ ਦੇ, ਉਹ ਅਸੀਂ ਬੰਦ ਰੱਖਣਾ ਉਸ ਵੇਲੇ, ਸਪੈਸ਼ਲ ਹਦਾਇਤਾਂ ਆ ਸਾਡੀਆਂ ਵੀ ਤੁਸੀਂ ਉਹਨੂੰ ਓਪਨ ਵੀ ਨਹੀਂ ਕਰਨਾ, ਅਸੀਂ ਵੈਜੀਟੇਰੀਅਨ ਨੂੰ ਬਿਲਕੁਲ ਅਲੱਗ ਕੁੱਕ ਕਰਦੇ ਹਾਂ। ਹਾਂਜੀ, ਇਹ ਦੇਖਣ ਨੂੰ ਬਹੁਤ ਵਧੀਆ ਲੱਗਿਆ ਸੀ, ਬਹੁਤ ਮਨ ਨੂੰ ਜਿੱਦਾਂ ਇੱਕ ਉਹ ਸਕੂਨ ਮਿਲਿਆ ਕਿ ਅੱਗੇ ਗੱਡੀ ਚਲਾ ਕੇ 8-9 ਘੰਟੇ ਕੈਨੇਡਾ ਜਾਣਾ ਪੈਂਦਾ ਸੀ ਜੇ ਕਹਿਣਾ ਪੀਜ਼ੇ ਤੇ ਅਦਕਰ ਖਾਣਾ, ਕਿਉਂਕਿ ਇੱਥੇ ਗੋਰਿਆਂ ਨੂੰ ਪਤਾ ਹੀ ਨਹੀਂ ਨਾ ਉਹ ਪਾਉਂਦੇ ਸੀ ਤੇ। ਲੇਕਿਨ ਹੁਣ ਮੈਂ ਕਮਿਊਨਿਟੀ ਨੂੰ ਜ਼ਰੂਰ ਦੱਸਦਾ ਵੀ ਕੱਲ੍ਹ ਦਾ ਤੁਹਾਨੂੰ ਮਿਲਿਆ ਤੋਂ ਪਹਿਲਾਂ ਵੀ ਮਿਲਿਆ, ਜ਼ਰੂਰ ਜਾ ਕੇ ਦੱਸਦਾ ਵੀ ਉੱਥੋਂ ਜਾ ਕੇ ਟਰਾਈ ਕਰਕੇ ਆਓ ਯਾਰ ਇੱਕ ਵਾਰੀ ਪੀਜ਼ਾ ਖਾ ਕੇ, ਤਾਂ ਦੇਖੋ ਤੁਹਾਨੂੰ ਤੁਸੀਂ ਕੈਨੇਡਾ ਭੁੱਲ ਜਾਓਗੇ। ਕਈ ਬੰਦਿਆਂ ਨੇ ਪੁੱਛ ਦਿੱਤਾ ਤਾਂ ਕਰਕੇ ਮੈਂ ਤੁਹਾਨੂੰ ਕਿਹਾ ਅੱਜ ਆਪਾਂ ਤੁਹਾਨੂੰ ਲਾਈਵ ਲੈ ਕੇ ਆਉਣਾ, ਤਾਂ ਕਿ ਜਿਹੜੇ ਬੰਦਿਆਂ ਨੇ ਕੈਨੇਡਾ ਜਾ ਕੇ ਖਾਧਾ ਹੋਊਗਾ ਉਹ ਇੱਥੇ ਆ ਕੇ ਦੇਖਣ ਵੀ ਆਪਣੇ ਪੰਜਾਬੀ ਬੰਦਿਆਂ ਨੇ ਕੋਈ ਕੰਮ ਛੱਡਿਆ ਨਹੀਂ, ਜਿਹਦੇ ਵਿੱਚ ਇੱਦਾਂ ਦੀ ਚੀਜ਼ ਬਣਾਈ ਨਹੀਂ, ਟਰੱਕਾਂ ਟਰੱਕਿੰਗ ਹੋਟਲ ਹਰ ਇੱਕ ਚੀਜ਼। ਲੇਕਿਨ ਆ ਜਿਹੜਾ ਤੁਸੀਂ ਕੰਮ ਕੀਤਾ ਦੂਜਾ ਸਰਦਾਰ ਹੋ ਕੇ, ਔਰ ਮੈਂ ਵੀ ਦੇਖਿਆ ਕਿ ਦੋ ਪੀਜ਼ੇ ਦੀਆਂ ਅਲੱਗ ਅਲੱਗ ਜਗ੍ਹਾ, ਇੱਕ ਪਾਸੇ ਵੈਜੀ ਪਿਆ ਆ, ਦੂਸਰੇ ਪਾਸੇ ਮੀਟ ਵਾਲਾ ਪਿਆ, ਤਾਂ ਕਿ ਗਲਾ ਪਾ ਕੇ ਕਰਦੇ ਪਏ ਸੀ। ਪਹਿਲੇ ਪੰਜਾਬੀ ਮੈਂ ਦੇਖੇ ਜਿਹਨਾਂ ਨੇ ਗਲਾ ਪਾਏ ਹੋਏ ਸੀ, ਨਹੀਂ ਤਾਂ ਸਾਡੇ ਬੰਦੇ ਕਹਿੰਦੇ ਗਲਾ ਪਾ ਕੇ ਕੀ ਕੰਮ ਕਰਨਾ। ਉਹ ਵਧੀਆ ਚੀਜ਼ ਸੀ ਜਿੰਨਾ ਤੁਸੀਂ ਸੇਫ ਸਫਾਈ ਦਾ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਹੋਇਆ ਸੀ। ਉਹ ਆਪਣੇ ਬੰਦੇ ਇਸ ਚੀਜ਼ ਨੂੰ ਨਹੀਂ ਸੋਚਦੇ, ਅਸੀਂ ਕਹਿੰਦੇ ਨਹੀਂ ਹੱਥਾਂ ਨਾਲ ਹੀ ਆ, ਲੇਕਿਨ ਜਿਹੜੇ ਅਮੈਰੀਕਨ ਜਦੋਂ ਖਾਂਦੇ ਨੇ ਜਾਂ ਹੁਣ ਸਾਨੂੰ ਵੀ ਕਾਫੀ ਟਾਈਮ ਹੋ ਗਿਆ ਜਦੋਂ ਅਸੀਂ ਇੰਡੀਆ ਜਾ ਕੇ ਖਾਂਦੇ ਹਾਂ, ਮੈਂ ਤਾਂ ਗੋਲ ਗੱਫੇ ਵੀ ਉੱਥੋਂ ਖਾਂਦਾ ਸੀ ਜਿੱਥੇ ਉਹਨੇ ਗਲਾ ਪਾਏ ਹੋਣ, ਕਹਿੰਦਾ ਨਹੀਂ ਯਾਰ ਹੱਥਾਂ ਨਾਲ ਖਾਈ ਜਾਂਦੇ ਆ। ਪਰ ਆਹ ਜਿਹੜੀ ਤੁਸੀਂ ਚੀਜ਼ ਆਟਾ ਗੁੰਨਣ ਵਾਲੀ ਮਸ਼ੀਨ ਤੁਹਾਡੇ ਮੈਂ ਪਈ ਦੇਖੀ, ਮੈਂ ਬੜਾ ਹੈਰਾਨ ਸੀ, ਮੈਂ ਕਿਹਾ ਇਹਦਾ ਮਤਲਬ ਆਟਾ ਵੀ ਫਰੈਸ਼ ਹੁੰਦਾ? ਜੀ ਫਰੈਸ਼ ਹੁੰਦਾ ਜੀ, ਡੋਹ ਅਸੀਂ ਐਵਰੀ ਡੇ ਪਾਉਂਦੇ ਹਾਂ, ਜਿੱਦਾਂ ਜਿਹੜਾ ਸਾਡਾ ਸ਼ਾਮ ਦਾ ਡੋਹ ਆ, ਅੱਜ ਸਵੇਰੇ ਅਸੀਂ ਪਹਿਲਾਂ ਪਾ ਦਿੱਤਾ, ਜੇ ਅਸੀਂ 11 ਵਜੇ ਓਪਨ ਕਰਦੇ ਹਾਂ ਤਾਂ ਮੇਰਾ ਹੁੰਦਾ ਵੀ ਅਸੀਂ ਪਹਿਲਾਂ ਆ ਜਾਈਏ, ਪਹਿਲਾਂ ਆ ਕੇ ਤਾਂ ਅਸੀਂ ਡੋਹ ਜਿਹੜਾ ਆ ਉਹ ਪਾਉਣਾ ਆ, ਅਸੀਂ ਤਿਆਰ ਕਰਨਾ ਆ ਸਾਡਾ ਡੋਹ। ਜਿੱਦਾਂ ਬਹੁਤ ਸਾਰੇ ਜਿਹੜੇ ਪੀਜ਼ੇ ਆ ਉਹ 2 ਦਿਨ ਪਹਿਲਾਂ ਡੋਹ ਪਾਉਂਦੇ ਹੈਗੇ ਆ, ਉਹ ਉਹਨਾਂ ਦੀ ਆਪਣੀ ਥਿਊਰੀ ਆ। ਪਰ ਜਿਹੜਾ ਸਾਡਾ ਡੋਹ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਸਾਡਾ ਜੀਸਟ ਆ ਉਹ ਇਸ ਹਿਸਾਬ ਨਾਲ ਬਣਾਇਆ ਹੋਇਆ ਕਿ ਸਾਡਾ ਡੋਹ ਜਿਹੜਾ ਆ ਉਹ 6 ਘੰਟੇ ਬਾਅਦ ਜਾਂ 5-6 ਘੰਟੇ ਬਾਅਦ ਉਹ ਰੈਡੀ ਟੂ ਯੂਜ਼ ਸਾਡਾ ਬਹੁਤ ਵਧੀਆ ਹੁੰਦਾ ਆ। ਮੇਨਲੀ ਗੱਲ ਜਿਹੜੇ ਆ ਪੀਜ਼ੇ ਜਿਹੜੇ ਆ ਉਹ ਫੁੱਲਣੇ ਚਾਹੀਦੇ ਆ, ਜਿਹੜੇ ਸਾਡੇ ਇਸ ਗੱਲ ਦਾ ਵੀ ਅਸੀਂ ਖਿਆਲ ਰੱਖਦੇ ਹਾਂ, ਜਿਹੜੇ ਸਾਡੇ ਪੰਜਾਬੀ ਭਰਾ ਆ ਉਹ ਚੀਜ਼ ਘੱਟ ਲਾਈਕ ਕਰਦੇ ਆ, ਉਹਨਾਂ ਨੂੰ ਅਸੀਂ ਚੀਜ਼ ਜਿਹੜਾ ਆ ਉਹਨਾਂ ਦੇ ਹਿਸਾਬ ਨਾਲ ਪਾ ਕੇ ਦਿੰਦੇ, ਗੋਰੇ ਜਿਹੜੇ ਆ ਉਹ ਚੀਜ਼ ਜ਼ਿਆਦਾ ਲਾਈਕ ਕਰਦੇ ਆ ਤੇ ਉਹਨਾਂ ਨੂੰ ਅਸੀਂ ਉਸ ਹਿਸਾਬ ਨਾਲ ਚੀਜ਼ ਪਾਉਂਦੇ। ਸੋ ਹਰ ਇੱਕ ਗੱਲ ਦਾ ਜਿਹੜਾ ਆ ਉਹ ਬਿਲਕੁਲ ਮਾਪਦੰਡ ਜਿਹੜਾ ਬਣਾਇਆ ਹੋਇਆ ਵੀ ਹਾਂ ਵੀ ਇਹਨੂੰ ਕਸਟਮਰ ਜਿਹੜਾ ਆ ਉਹਨੂੰ ਉਹਦੀ ਪਸੰਦੀਦਾ ਚੀਜ਼ ਜਾਂ ਜਿਹੜੀ ਉਹਦੇ ਅਨੁਕੂਲ ਚੀਜ਼ ਆ ਉਹ ਉਹਨੂੰ ਮਿਲੇ। ਤੇ ਹੋਰ ਜਿਹੜੀ ਵੱਡੀ ਗੱਲ ਆ ਭਾਜੀ ਵੀ ਜਿਹੜੀ ਵੇਗਨ ਜਿਹੜਾ ਆ ਉਹਨੂੰ ਅਸੀਂ ਹੁਣ ਪ੍ਰਮੋਟ ਕਰ ਰਹੇ ਹਾਂ, ਕਾਫੀ ਲੋਕ ਜਿਹੜੇ ਵੇਗਨ ਹੈਗੇ ਆ, ਸੋ ਵੇਗਨ ਦਾ ਵੀ ਪੂਰੇ ਦਾ ਪੂਰਾ ਜਿਵੇਂ ਵੇਗਨ ਵਿੰਗਸ ਆ ਗਈਆਂ ਅੱਜ ਕੱਲ੍ਹ, ਵੇਗਨਸ ਚਿਕਨ ਆ ਗਿਆ ਅੱਜ ਕੱਲ੍ਹ, ਜਾਂ ਵੇਗਨ ਜਿਹੜਾ ਲੋਕੀ ਸਵਾਦ ਲੈਣਾ ਚਾਹੁੰਦੇ ਆ ਹਨਾ, ਤੇ ਉਹ ਵੀ ਅਸੀਂ ਹਾਂਜੀ ਉਹ ਵੀ ਹੋਰ ਮੰਥ ਕਪਲ ਮੰਥ ਦੇ ਵਿੱਚ ਉਹ ਵੀ ਚੀਜ਼ਾਂ ਸਾਡੇ ਕੋਲ ਇੱਥੇ ਜਿਹੜੀਆਂ ਅਵੇਲੇਬਲ ਫੁੱਲ ਮਿਲੂਗੀਆਂ ਹਰ ਇੱਕ ਨੂੰ। ਹਾਂਜੀ
जी जी दूसरा ये मैं थोड़ा एक होर पूछना चाहता सी कि जिहड़ा तुसी मेंशन कीता कि डो ताजा बनाने ये तो फिर वो पंजाबी कहावत पुती ही पदी तवे तो लाग खानी है तवे तो लिंदिया लिंदिया खाने वाली गल हो गई भी तवे ते मड चुल्हे बैठ के खाने वाली गल है भी पिज्जा बनिया ते नाल ही लाबे लिंदिया लिंदिया खानी है जी बिल्कुल चाहिदा तां पिज्जे दा इदां ही है कि जिन्ना फ्रैश होवे ते दूजा जिहड़ी थोड़ी फ्रेंचाइज़ आ ये किन्ने क वड्डे लेवल ते तुसी मैनूं मेरा मैनूं ज्यादा मेंशन कीता सी कि इंडिया भी खोल रहे जाके जी मैनू पता लगा सी भाजी हुणी इंडिया भी जिहड़ा आ उह आई थिंक मैनू एनडीवी दसदा सी ते उह गुड़गांव वगैरह भी उत्थे भी एक काफ़ी उन्हां दा टीचा हैगा भी उत्थे भी जल्दी खोल रहे आ। हाँ जी 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 सारे इदा ही तुसी साडे नाल जुड़े रहो जिहड़ा समां आ उह थोड़ा जिहा इदां दा वी आपां एक छोटी जिही ब्रेक लैणी आ ब्रेक तों बाद वापस फिर आउणे आ फिर आपां हरजाप सिंह नाल गल्लां करांगे कि जिहड़ा पिज़्ज़ा आ उह आपां नूं ਹੋਰ ਕਿਹੜੇ ਲੈਵਲ ਤੇ ਜਾ ਰਹੇ ਆ ਜਾਂ ਹੋਰ ਕੀ ਕੀ ਕਰ ਰਹੇ ਆ ਆਪਾਂ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਥੈਂਕ ਯੂ। ਮੈਂ ਜਮੀ ਬਰਾੜ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ ਤੁਹਾਡੇ ਵਿੱਚ ਇਹੀ ਸਿਲਸਿਲਾ ਕਮਿਊਨਿਟੀ ਕਨੈਕਟ ਲੈ ਕੇ ਆਪਣੇ ਨਾਲ ਜੁੜੇ ਹੋਏ ਨੇ ਹਰਜਾਪ ਸਿੰਘ ਜੀ ਸ਼ਿਕਾਗੋ ਟਵਿਸਟ ਪੀਜ਼ੇ ਤੋਂ ਜਿਨ੍ਹਾਂ ਨੇ ਆਪਾਂ ਗੱਲਬਾਤ ਚੱਲਦੀ ਸੀ ਤੇ ਉਹਨਾਂ ਨਾਲ ਗੱਲਬਾਤ ਜਾਰੀ ਰਹੂਗੀ ਇਸੇ ਤਰ੍ਹਾਂ ਹੀ। ਹਰਜਾਪ ਸਿੰਘ ਜੀ ਤੁਸੀਂ ਆਨ ਏਅਰ ਹੋ ਤੇ ਆਪਾਂ ਵਾਪਸ ਤੁਹਾਨੂੰ ਉੱਥੇ ਲੈ ਉਸੇ ਗੱਲ ਤੇ ਆਉਂਦੇ ਹਾਂ ਕਿ ਇਹ ਜਿਹੜਾ ਪੰਜਾਬੀ ਟਵਿਸਟ ਸ਼ਿਕਾਗੋ ਟਵਿਸਟ ਪੀਜ਼ਾ ਆ ਪੰਜਾਬੀ ਤਰੀਕੇ ਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਥੋੜੇ ਜਿਹੇ ਪੀਜ਼ੇ ਜਿਹੜੇ ਸਪੈਸ਼ਲੀ ਪੰਜਾਬੀ ਜ਼ਿਆਦਾ ਬਣਾਉਂਦੇ ਨੇ ਉਹ ਜ਼ਰੂਰ ਮੈਂਸ਼ਨ ਕਰੋ ਕਿ ਪੰਜਾਬੀਆਂ ਦੇ ਫੇਵਰੇਟ ਪੀਜ਼ੇ ਕਿਹੜੇ ਨੇ ਜਾਂ ਆਉਣ ਵਾਲੇ ਜਿਹੜੇ ਕੰਪਨੀ ਨਵੇਂ ਪੰਜਾਬੀਆਂ ਲਈ ਪੀਜ਼ੇ ਲੈ ਕੇ ਆ ਰਹੀ। ਜੀ ਬਿਲਕੁਲ ਭਾਜੀ, ਇੱਕ ਤਾਂ ਤੁਹਾਡੀ ਆਵਾਜ਼ ਜਿਹੜੀ ਆ ਉਹ ਬਹੁਤ ਡਬਲ ਆ ਰਹੀ ਮੈਨੂੰ ਤੇ ਉਹਨੂੰ ਜ਼ਰੂਰ ਠੀਕ ਕਰ ਲਿਓ। ਤੇ ਹਾਂ ਜੀ ਬਿਲਕੁਲ, ਤੁਹਾਡੀ ਗੱਲ ਜਿਹੜੀ ਪੇ ਪੰਜਾਬੀ ਆਪਾਂ ਕਿਹੜੇ ਪੀਜ਼ੇ ਜਿਹੜੇ ਹੋਰ ਜ਼ਿਆਦਾ ਸਾਡੇ ਲੋਕ ਲਾਈਕ ਕਰਦੇ ਆ, ਆਪਣੇ ਕੋਲ ਜਿੱਦਾਂ ਜ਼ਿਆਦਾਤਰ ਸਾਡੇ ਲੋਕਾਂ 'ਚ ਫੇਮਸ ਹੈਗਾ ਆ ਟਿੱਕਾ, ਜਿੱਦਾਂ ਪਨੀਰ ਟਿੱਕਾ ਹੋ ਗਿਆ, ਜਾਂ ਇਵੇਂ ਹੀ ਚਿਕਨ ਦੇ ਵਿੱਚ ਜਿਹੜੇ ਸਾਡੇ ਵੀਰ ਚਿਕਨ ਖਾਣਾ ਪਸੰਦ ਕਰਦੇ ਆ ਉਹਨਾਂ ਨੂੰ ਚਿਕਨ ਟਿੱਕਾ ਹੈਗਾ ਕਾਫ਼ੀ ਫੇਮਸ। ਅਤੇ ਵੈਜੀਟੇਰੀਅਨ ਸਾਡੀ ਜਿਵੇਂ ਮੈਂ ਦੱਸਿਆ ਕਮਿਊਨਿਟੀ ਜ਼ਿਆਦਾ ਆ ਇੱਥੇ ਜਿੱਥੇ ਅਸੀਂ ਹੈਗੇ ਹਾਂ, ਵੈਜੀਟੇਰੀਅਨ ਲੋਕ ਜ਼ਿਆਦਾ ਖਾ ਕੇ ਖੁਸ਼ ਹੁੰਦੇ ਆ। ਉਹਨਾਂ ਦੇ ਵਿੱਚ ਕਰੀ ਪਨੀਰ ਕਾਫ਼ੀ ਫੇਮਸ ਹੈ, ਜਿਹੜੀ ਕਰੀ ਸੌਸ ਆ ਉਹਦਾ ਆਪਣਾ ਹੀ ਇੱਕ ਅਜਬੇ ਜਿਹੜਾ ਆ ਉਹ ਟੇਸਟ ਹੈਗਾ ਆ। ਅਤੇ ਹੁਣ ਅੱਜ ਕੱਲ੍ਹ ਅਸੀਂ ਥੋੜ੍ਹੇ ਆਲਮੋਸਟ 1 ਮੰਥ ਤੋਂ ਅਸੀਂ ਅਚਾਰੀ ਪਨੀਰ ਅਤੇ ਅਚਾਰੀ ਚਿਕਨ ਜਿਹੜਾ ਉਹ ਸ਼ੁਰੂ ਕੀਤਾ ਹੋਇਆ, ਅਤੇ ਅਚਾਰੀ ਦੀ ਇੰਨੀ ਕੁ ਡਿਮਾਂਡ ਆ। ਦੇਖੋ ਵੀ ਇੱਥੋਂ 257 miles ਆਈ ਥਿੰਕ ਵੀ ਸ਼ਿਕਾਗੋ ਸਾਡੇ ਗ੍ਰੀਨਵੁੱਡ ਤੋਂ, ਅਤੇ ਅਸੀਂ ਅਜੇ 2 ਦਿਨ ਪਹਿਲਾਂ ਹੀ ਇੱਕ ਪਰਿਵਾਰ ਨੇ ਸਾਡੇ ਕੋਲ, ਉਹਨਾਂ ਦੇ ਘਰ ਉਹਨਾਂ ਦੇ ਬਰਥਡੇ ਸੀਗਾ, ਅਤੇ ਉਹਨਾਂ ਨੇ 30 ਪੀਜ਼ੇ ਜਿਹੜੇ ਇਕੱਲੇ ਅਚਾਰੀ ਹੀ ਮੰਗਾਏ ਆ। ਉਹ ਕਹਿੰਦੇ ਅਚਾਰੀ ਇੰਨਾ ਕੁ ਉਹਨਾਂ ਨੂੰ ਸਵਾਦ ਲੱਗਾ, ਇੱਥੇ ਆ ਕੇ ਕਿਤੇ ਲੰਘ ਦੇ ਖਾ ਛੱਕ ਕੇ ਗਏ ਸੀ, ਤਾਂ ਉਹਨਾਂ ਨੇ ਕਿਹਾ ਵੀ ਅਸੀਂ ਅਚਾਰੀ ਹੀ ਔਡਰ ਕਰਨਾ ਆ, ਹੋਰ ਕੋਈ ਕਰਨਾ ਹੀ ਕੋਈ ਨਹੀਂ। ਸੋ ਅਚਾਰੀ ਅੱਜ ਕੱਲ੍ਹ ਕਾਫ਼ੀ ਜਿਹੜਾ ਆ ਉਹ ਸਾਡੇ ਵੀਰਾਂ ਦੇ ਵਿੱਚ ਸਾਡੀ ਕਮਿਊਨਿਟੀ ਦੇ ਵਿੱਚ ਕਾਫ਼ੀ ਫੇਮਸ ਹੋਇਆ, ਅਚਾਰੀ ਪਨੀਰ ਅਤੇ ਅਚਾਰੀ ਚਿਕਨ, ਅਤੇ ਨਾਲ ਅਸੀਂ ਮਨਚੂਰੀਅਨ ਜਿਹੜਾ ਆ ਉਹ ਵੀ ਕਰ ਦਿੱਤਾ ਆ। ਜਿਵੇਂ ਹੁਣ ਮਨਚੂਰੀਅਨ ਸਾਡੇ ਵੀਰ ਜਾਂਦੇ ਗੋਭੀ ਮਨਚੂਰੀਅਨ ਖਾਂਦੇ ਹੁੰਦੇ ਸੀ ਜਦੋਂ ਵੀ ਕਿਤੇ ਪ੍ਰੋਗਰਾਮਾਂ 'ਤੇ ਜਾਣਾ, ਜਾਂ ਤੁਸੀਂ ਵੇਖੋਗੇ ਵੀ ਇਹ ਨਹੀਂ ਹੈ ਵੀ ਤੁੜਕਾ ਲਾਇਆ ਅਤੇ ਉਹ ਪੀਏ ਦੇ ਪਾਇਆ। ਸੋ ਮੈਂ ਜਿਵੇਂ ਪਹਿਲਾਂ ਦੱਸਿਆ ਟਵਿਸਟ ਕੀ ਆ, ਟਵਿਸਟ ਆ ਸਾਡੀ ਸੌਸ ਜਿਹੜੀਆਂ ਹੈਗੀਆਂ ਆ, ਟਵਿਸਟ ਆ ਸਾਡਾ ਬੇਸ ਜਿਹੜਾ ਅਸੀਂ ਬੇਸ ਬਣਾਉਂਦੇ ਹਾਂ। ਸੋ ਸੌਸ ਇੰਨੀ ਕੁ ਬਾਕਮਾਲ ਬਣਾਈ ਆ ਫਰੈਂਚਾਈਜ਼ ਨੇ, ਜਿਹੜੀ ਮਨਚੂਰੀਅਨ ਆ ਉਹ ਅਸੀਂ ਟੈਸਟ ਕਰਵਾਏ ਆ ਪਹਿਲਾਂ। ਜਦੋਂ ਪਿਛਲੀ ਵੀਕ ਮੇਰੇ ਕੋਲ ਆਇਆ ਇਹਦਾ ਮਨਚੂਰੀਅਨ ਦਾ ਔਡਰ, ਤਾਂ ਮੈਂ ਇੱਥੇ ਕੁਝ ਜਿਹੜੇ ਸਾਡੇ ਪੰਜਾਬੀ ਨੌਜਵਾਨ ਵੀਰ ਆਏ ਸੀ ਉਹਨਾਂ ਨੂੰ ਮੈਂ ਫ੍ਰੀ ਪੀਜ਼ੇ ਬਣਾ ਕੇ ਛਕਾਏ, ਪਹਿਲਾਂ ਤੁਸੀਂ ਦੇਖੋ ਟੇਸਟ ਕੀ ਆ, ਸੋ ਉਹਨਾਂ ਦਾ ਰਿਵਿਊ ਲੈਣ ਦੇ ਲਈ, ਤਾਂ ਉਹਦਾ ਵੀ ਬੈਸਟ ਰਿਵਿਊ ਆ ਰਿਹਾ। ਅਤੇ ਉਹ ਵੀ ਅਸੀਂ ਮੋਰਲੀ ਵੀਕ ਤੋਂ ਫੁੱਲ ਫਲੈਜ ਜਿਹੜਾ ਆ ਮਨਚੂਰੀਅਨ ਜਿਹੜਾ ਪਨੀਰ ਜਾਂ ਮਨਚੂਰੀਅਨ ਚਿਕਨ ਦੇ ਜਿਹੜੇ ਪੀਜ਼ੇ ਹੈਗੇ ਉਹ ਵੀ ਸਾਡੇ ਵੀਰਾਂ ਨੂੰ ਜਿਹੜੇ ਉਹ ਖਾਣ ਨੂੰ ਇੱਥੋਂ ਮਿਲੂਗੇ ਜੀ। ਗੱਲ ਮੁੱਕਦੀ ਕੀ ਜੀ, ਤੁਸੀਂ ਪੰਜਾਬੀ ਜਿਹੜੇ ਬੰਦੇ ਆ ਉਹ ਜਾਣ ਕੇ ਕਹਿੰਦੇ ਪੰਜਾਬੀ ਤੇ ਆਲੂ ਹਰ ਕੰਟਰੀ ਦੇ ਵਿੱਚ ਮਿਲਦੇ ਆ, ਉਹ ਹਾਲਾਤ ਹੈ ਤੁਸੀਂ ਪੰਜਾਬੀ ਪੀਜ਼ਾ ਲੈ ਕੇ ਵੀ ਪੀਜ਼ੇ ਦੇ ਟਵਿਸਟ ਕਰ ਕਰਕੇ ਵੀ ਵਾਕਿਆ ਹੀ ਪੀਜ਼ਾ ਟਵਿਸਟ ਦਾ ਮਤਲਬ ਹੁੰਦਾ ਮਰੋੜਨਾ ਤੋੜਨਾ। ਪੰਜਾਬੀ ਬੰਦਿਆਂ ਨੇ ਮੈਨੂੰ ਲੱਗਦਾ ਕੋਈ ਕਸਰ ਛੱਡਣੀ ਨਹੀਂ ਮਰੋੜਨ ਤੋੜਨ 'ਚ ਵੀ ਗੋਭੀ ਮਨਚੂਰੀਅਨ ਵਾਲਾ ਪੀਜ਼ਾ। ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਅਚਾਰੀ ਪੀਜ਼ਾ, ਅਚਾਰੀ ਦਾ ਮਤਲਬ ਅਚਾਰ ਪਾਉਣੇ ਵਿੱਚ, ਮੈਂ ਇਹ ਗੱਲ ਸਮਝਿਆ ਨਹੀਂ। ਨਹੀਂ ਨਹੀਂ, ਅਚਾਰੀ ਸੌਸ ਜਿਹੜੀ ਹੈ ਇੱਦਾਂ ਨਹੀਂ ਹੈ ਵੀ ਕੋਈ ਅਚਾਰ ਪਾ। ਸਾਡੇ ਕਈ ਵੀਰ ਕਹਿੰਦੇ ਆ, ਮੈਂ ਇਹਦੇ ਨਾਲ ਗੱਲ ਜੋੜਨੀ ਚਾਹੁੰਦਾ, ਜਦੋਂ ਕਰੀ ਗਈ ਦਾ ਨਾ ਕਈ ਵੀਰ ਫੋਨ ਕਰਨਗੇ ਉਹ
ਭਾਜੀ ਉਹ ਕੜੀ ਵਾਲਾ ਪੀਜ਼ਾ ਬਣਾ ਦਿਓ, ਇਟਸ ਨਾਟ ਅ ਕੜੀ ਭਾਜੀ, ਇਹ ਕਰੀ ਸੌਸ ਆ, ਬਕਾਇਦਾ ਬਣਾਈ ਹੋਈ ਬਹੁਤ ਹੀ ਬਾਕਮਾਲ ਸੌਸ ਆ, ਤੇ ਇਵੇਂ ਜਿਹੜੀ ਅਚਾਰੀ ਸੌਸ ਆ ਸਾਡੇ ਕੋਲ ਉਪਲਬਧ, ਤੇ ਉਹ ਸੌਸ ਦਾ ਭਾਜੀ ਆਪਣਾ ਵੱਖਰਾ ਹੀ ਟੇਸਟ ਆ, ਬਿਲਕੁਲ ਪੀਜ਼ੇ ਤੋਂ ਹਟ ਕੇ ਇੱਕ ਵੱਖਰਾ ਟੇਸਟ ਆ। ਅਸੀਂ ਰੈਗੂਲਰ, ਮੈਂ ਉਹਨਾਂ ਵੀਰਾਂ ਨੂੰ ਕਹਿੰਦਾ ਜਿਹੜੇ ਆਮ ਪੀਜ਼ਿਆਂ ਤੇ ਅਮੈਰੀਕਨ ਪੀਜ਼ਾਸ ਤੇ ਜਾਂਦੇ ਆ ਜਾਂ ਹੋਰ ਵੀ ਆਪਣੇ ਪੰਜਾਬੀ ਪੀਜ਼ੇ ਵੀ ਹੈਗੇ ਆ ਭਾਈ ਆਪਣਾ ਬਿਜ਼ਨਸ ਕਰ ਰਹੇ ਆ, ਪਰ ਤੁਸੀਂ ਇੱਕ ਵਾਰੀ ਸਾਡਾ ਅਚਾਰੀ ਟਰਾਈ ਕਰਿਓ, ਵੇਖਿਓ ਕਿ ਕਿਵੇਂ ਇੱਕ ਹਟ ਕੇ ਅਲੱਗ ਟੇਸਟ ਜਿਹੜਾ ਆ ਉਹ ਤੁਹਾਨੂੰ ਪੀਜ਼ੇ ਦੇ ਵਿੱਚ ਮਿਲੂਗਾ। ਪਹਿਲੀ ਤਾਂ ਗੱਲ ਇਹ ਆ ਵੀ ਅਸੀਂ ਦੇਸੀ ਫਾਰਮੂਲੇ ਨਹੀਂ ਵਰਤਦੇ, ਵੀ ਆਪ ਹੀ ਜਿਵੇਂ ਘਰ ਦੇ ਵਿੱਚ ਕੋਈ ਚੀਜ਼ ਤਿਆਰ ਕਰ ਲਈ ਉਹ ਚੀਜ਼ ਨਹੀਂ ਹੁੰਦੀ, ਮੇਰਾ ਇਹ ਮੰਨਣਾ ਆ। ਕਈ ਵੀਰ ਸਾਡੇ ਵੀਰ ਕਹਿੰਦੇ, ਜਦੋਂ ਮੈਂ ਰੈਸਟੋਰੈਂਟ ਲਾਈਨ ਦੇ ਵਿੱਚ ਵੀ ਸੀ, ਮੈਂ ਪਹਿਲਾਂ ਦੱਸਿਆ ਵੀ ਵੱਡੇ ਵੱਡੇ ਕੁੱਕਾਂ ਦੇ ਨਾਲ ਕੰਮ ਕੀਤਾ, ਸਾਡੇ ਵੀਰ ਕਹਿੰਦੇ ਆ ਵੀ ਰੈਸਟੋਰੈਂਟ ਦੇ ਵਿੱਚ ਘਰ ਵਰਗਾ ਹੀ ਖਾਣਾ, ਘਰ ਵਰਗਾ ਖਾਣਾ ਜੇ ਰੈਸਟੋਰੈਂਟ 'ਚ ਮਿਲਦਾ ਤਾਂ ਫਿਰ ਰੈਸਟੋਰੈਂਟ ਨਹੀਂ ਜਾਣਾ ਚਾਹੀਦਾ। ਰੈਸਟੋਰੈਂਟ ਹੀ ਟਵਿਸਟ ਦੇਣ ਨੂੰ ਆ, ਰੈਸਟੋਰੈਂਟ ਹੀ ਇੱਕ ਅਲੱਗ ਫੂਡ ਦੇਣ ਨੂੰ ਆ। ਜੇ ਅਸੀਂ ਅਲੱਗ ਫੂਡ ਨਹੀਂ ਦੇ ਸਕਦੇ ਤਾਂ ਫਿਰ ਸਾਨੂੰ ਰੈਸਟੋਰੈਂਟ ਨਹੀਂ ਖੋਲ੍ਹਣਾ ਚਾਹੀਦਾ, ਸਾਨੂੰ ਅਲੱਗ ਹੀ ਦੇਣਾ ਪੈਣਾ ਜਿਹੜਾ ਸਾਨੂੰ ਲੋਕਾਂ ਦੇ ਘਰ ਤੋਂ ਅਸੀਂ ਉਹਨਾਂ ਨੂੰ ਖਿੱਚ ਸਕੀਏ। ਸੋ ਅਸੀਂ ਉਹ ਚੀਜ਼ ਕਾਮਯਾਬ ਹੋਏ ਹਾਂ। ਆਈ ਥਿੰਕ ਵੀ ਛੇਤੀ ਲੋਕਡਾਊਨ ਓਪਨ ਹੋ ਜਾਵੇ ਤਾਂ ਇੱਥੇ, ਜਦੋਂ ਪਿੱਛੇ ਜਿਹਾ ਥੋੜ੍ਹੇ ਦਿਨ ਲੋਕੀ ਬੇਪਰਵਾਹ ਹੋ ਗਏ ਸੀ ਕੋਵਿਡ ਦੇ ਵਜ੍ਹਾ ਨਾਲ, ਤਾਂ ਇੱਥੇ ਮਹਾਰਾਜ ਨੇ ਪੂਰੀਆਂ ਬਰਕਤਾਂ ਲਾਈਆਂ ਹੋਈਆਂ ਸੀ, ਫੁੱਲ ਹੁੰਦੇ ਸੀ। ਸੋ ਅਸੀਂ ਸੱਦਦੇ ਹਾਂ, ਸੱਦਾ ਦਿੰਦੇ ਹਾਂ, ਜਿੰਨਾ ਟਵਿਸਟ ਨੂੰ ਤੁਸੀਂ ਇਸ ਪੀਜ਼ੇ ਨੂੰ ਫਰੈਸ਼ ਖਾਓਗੇ, ਡਾਇਨਿੰਗ ਤੇ ਆ ਕੇ ਛਕੋਗੇ, ਤਾਂ ਉਹ ਇੱਕ ਅਲੱਗ ਹੀ ਨਜ਼ਾਰਾ ਆ। ਜੀ ਜੀ ਜੀ, ਇਹ ਮੈਂ ਤਾਂ ਦੇਖਿਆ, ਕਿਉਂਕਿ ਜਿੱਦਾਂ ਮੈਂ ਖੁਦ ਵੀ ਆ ਕੇ ਉਦਨ ਖਾਧਾ, ਤੁਸੀਂ ਮੈਨੂੰ ਫਰੈਸ਼ ਜਿਹੜਾ ਪੀਜ਼ਾ ਬਣਾ ਕੇ ਦਿੱਤਾ, ਮੈਂ ਆਪਣੇ ਬੇਟੇ ਨੂੰ ਲਿਆ ਕੇ ਖਿਲਾਇਆ, ਉਹਨੇ ਵੀ ਉਹ ਮੈਂ ਫੁੱਲ ਮਿਰਕ ਤੇ ਬੜਾ ਲਾਈਕ ਕੀਤਾ, ਕਹਿੰਦਾ ਆਪਾਂ ਉੱਥੇ ਡੈਡ ਖਾ ਕੇ ਆਉਣਾ ਜਾ ਕੇ। ਮੈਂ ਕੋਈ ਨੀ, ਆਪਾਂ ਜ਼ਰੂਰ ਜਾਵਾਂਗੇ। ਮੈਂ ਤਾਂ ਪੰਜਾਬੀਆਂ ਨੂੰ ਵੀ ਕਹਿੰਦਾ ਵੀਰੋ ਇੱਕ ਵਾਰੀ ਜਾਓ, ਜਾ ਕੇ ਭਾਜੀ ਉਹਨਾਂ ਨੂੰ ਜ਼ਰੂਰ ਮਿਲੋ। ਦੂਜੀ ਵੱਡੀ ਗੱਲ ਦੇਖੋ ਇਹ ਆ ਵੀ ਇੱਕ ਸਿੰਘ ਸਰਦਾਰ ਸੱਜ ਕੇ ਆਪਣੀ ਦਸਤਾਰ ਸਜਾ ਕੇ ਆਪ ਪੀਜ਼ੇ ਤੇ ਖੜੇ ਹੁੰਦੇ ਨੇ, ਨਹੀਂ ਤਾਂ ਆਪਾਂ ਬਹੁਤ ਵਾਰੀ ਦੇਖਣ ਨੂੰ ਆਇਆ ਰੈਸਟੋਰੈਂਟ ਕਹਿੰਦੇ ਵੀ ਯਾਰ ਕੋਈ ਨੀ ਮੋਹਰੇ ਕੋਲ ਗੋਰੀ ਰੱਖ ਲੈਂਦੇ ਆ, ਜਾਂ ਭਾਈ ਹੁਣੀ ਖੁਦ ਉੱਥੇ ਖੜ ਕੇ ਸੈਟਿਸਫਾਈ ਕਰਦੇ ਨੇ ਤੁਹਾਨੂੰ ਕਿ ਪੀਜ਼ਾ ਤੁਹਾਨੂੰ ਕਿੱਦਾਂ ਦਾ ਲੱਗਾ, ਮੋਹਰੇ ਆਪ ਖੜਦੇ ਨੇ। ਮੈਨੂੰ ਬੜੀ ਵਧੀਆ ਗੱਲ ਲੱਗੀ ਇਹ ਕਿ ਆਪਣੇ ਸਰਦਾਰ ਬੰਦੇ ਹੋ ਕੇ ਜਿਨ੍ਹਾਂ ਨੇ ਇੱਕ ਇੱਕ ਸਰਦਾਰੀ ਤਾਂ ਵੈਸੇ ਜਿੱਥੇ ਪੱਗ ਦੀਦੀ ਆ ਉੱਥੇ ਟਰਬਨ ਦੇਖ ਕੇ ਆਪਾਂ ਨੂੰ ਖੁਸ਼ੀ ਹੁੰਦੀ ਵੀ ਇਹ ਸਰਦਾਰ ਬੰਦਾ, ਪਰ ਇਹਨਾਂ ਨੇ ਆ ਜਿਹੜੀ ਟਵਿਸਟ ਵਾਲੀ ਗੱਲ ਕੀਤੀ ਆ, ਮੇਰੇ ਤੋਂ ਦਿਮਾਗ 'ਚ ਘਰ ਕਰ ਗਈ ਵੀ ਟਵਿਸਟ ਦਾ ਮਤਲਬ ਹਰ ਇੱਕ ਚੀਜ਼ ਨੂੰ ਮਰੋੜਨਾ ਤੋੜਨਾ। ਪੰਜਾਬੀ ਤਾਂ ਵੈਸੇ ਹੀ ਇਹ ਗੱਲ ਦੇ ਵਿੱਚ ਮਾਰ ਆ। ਭਾਜੀ ਇੱਕ ਤੁਸੀਂ ਮੈਨੂੰ ਦੱਸ ਰਿਹਾ ਸੀ ਕਿ ਜਿਹੜੇ ਤੁਹਾਡੀ ਕੰਪਨੀ ਵਾਲੇ ਮਠਿਆਈ ਲੈ ਕੇ ਆ ਰਹੇ ਆ, ਉਹਦੇ ਬਾਰੇ ਥੋੜੀ ਜ਼ਰੂਰ ਇਨਫੋਰਮੇਸ਼ਨ ਦਿਓ। ਭਾਜੀ ਜਲਦੀ ਅਸੀਂ ਜਿੱਦਾਂ ਪਹਿਲਾਂ ਇਹ ਸ਼ਿਕਾਗੋ ਪੀਜ਼ਾ ਵਿਦ ਅ ਟਵਿਸਟ ਹੈਗਾ, ਆਪਾਂ ਜਲਦੀ ਇਹਨੂੰ ਜਿਹੜਾ ਆ ਸਿਰਫ ਇਹ ਪੀਜ਼ਾ ਟਵਿਸਟ ਰਹਿ ਜਾਣਾ ਆ, ਉਦੋਂ ਆਪਾਂ ਇਹਦੀ ਗ੍ਰੈਂਡ ਓਪਨਿੰਗ ਕਰਨੀ ਆ। ਉਸ ਵੇਲੇ ਤੁਹਾਡੀ ਸਾਰੀ ਟੀਮ ਨੂੰ ਸੱਦਾਂਗੇ ਵੀ ਅਸੀਂ, ਤੇ ਉਹਦੇ ਵਿੱਚ ਅਸੀਂ ਬਕਾਇਦਾ ਜਿਹੜੀਆਂ ਦੇਸੀ ਘਿਓ ਦੇ ਨਾਲ ਬਣੀਆਂ ਮਠਿਆਈਆਂ ਆ, ਉਹ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਜਾਂਦੇ ਹੋ ਤੇ ਉੱਥੇ ਕਦੇ ਨੋਵਲਟੀਜ਼, ਕਦੇ ਲਵਲੀ ਸਵੀਟਸ, ਕਦੇ ਜਲੰਧਰ ਜਾਂ ਕਿਤੇ ਸਾਡਾ ਏਰੀਆ, ਸਾਡੇ 'ਚ ਇਹੀ ਮਠਿਆਈਆਂ ਮਸ਼ਹੂਰ ਨੇ, ਉੱਧਰ ਮੈਨੂੰ ਯਾਦ ਆ, ਤੇ ਉਹੋ ਜਿਹਾ ਟੇਸਟ ਤੁਸੀਂ ਇੱਥੇ ਗ੍ਰੀਨਵੁੱਡ 'ਚ ਪਾਓਗੇ ਹੁਣ, ਤੇ ਉਹ ਸਾਰਾ ਫਰੈਂਚਾਈਜ਼ ਦਾ ਸਾਡੀ ਦਾ ਬਾਕਮਾਲ ਆ ਕਿ ਉਹ ਸਾਰਾ ਦੇਖੋ ਅਸੀਂ, ਮੈਂ ਆਮ ਕਹਿੰਦਾ ਹੁੰਦਾ ਵੀ ਅਸੀਂ ਬੇਸ਼ੱਕ ਅਮੈਰੀਕਾ 'ਚ ਆ ਗਏ ਹਾਂ, ਅਸੀਂ ਕੁੱਲ ਦੁਨੀਆਂ 'ਚ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਤੁਸੀਂ ਉੱਜੜ ਜਾਓ, ਅਸੀਂ ਇਸ ਕਰਕੇ ਉੱਜੜੇ ਹਾਂ ਕਿ ਅਸੀਂ ਦੁਨੀਆਂ ਨੂੰ ਆਪਣਾ ਉਹ ਵਿਲੱਖਣਤਾ ਜਿਹੜੀ ਆ, ਚਾਹੇ ਉਹ ਸਾਡੀ ਟੇਸਟ ਦੇ ਵਿੱਚ ਆ, ਚਾਹੇ ਸਾਡੀ ਉਹ ਰਿਲੀਜੀਅਸ ਦੇ ਵਿੱਚ ਸਾਡਾ ਨਿਆਰਾਪਨ ਆ, ਇਹ ਵੀ ਅਸੀਂ ਫੂਡ ਦੇ ਵਿੱਚ ਵੀ ਜਿਹੜਾ ਆਪਣਾ ਨਿਆਰਾਪਨ ਆ ਜਿਹੜਾ ਉਹ ਵੀ ਸਾਡਾ ਬਿਲਕੁਲ ਵੱਖਰਾ ਆ, ਉਹ ਵੀ ਅਸੀਂ ਪੂਰੀ ਦੁਨੀਆਂ 'ਚ ਲੈ ਕੇ ਆਏ ਹੋਏ ਹਾਂ। ਸੋ ਇਹੀ ਚੀਜ਼ ਅਸੀਂ ਛੱਡਣੀ ਨਹੀਂ ਹੈਗੀ ਕਿਤੇ ਵੀ, ਨਾ ਇਹ ਜਾਣੀ ਆ, ਤੇ ਇਹ ਅਸੀਂ ਆਉਂਦੀਆਂ ਸਾਡੀਆਂ ਪੁਸ਼ਤਾਂ ਦਰ ਪੁਸ਼ਤਾਂ ਇਹ ਚੀਜ਼ ਕਾਇਮ ਰਹਿਣੀ ਆ, ਤੇ ਉਹ ਇੱਕ ਟੇਸਟ ਵੀ ਜਿਹੜਾ ਆ ਉਹ ਅਸੀਂ ਆਪਣੀ ਉਹ ਮਹਿਕ ਜਿਹੜੀ ਆ ਉਹ ਖੂਬਸੂਰਤੀ ਆ ਉਹ ਵੀ ਆਪਾਂ ਇੱਥੇ ਗ੍ਰੀਨਵੁੱਡ ਦੇ ਵਿੱਚ ਆਪਣੇ ਪੰਜਾਬ ਦੀ ਉਹ ਖਿਲਾਰਾਂਗੇ, ਤਾਂ ਉਹ ਮਠਿਆਈ ਦਾ ਜਿਹੜਾ ਟੇਸਟ ਆ ਉਹ ਵੀ ਆਪਣੇ ਇੱਥੇ ਜਲਦੀ ਦੇਸੀ ਮਠਿਆਈਆਂ, ਦੇਸੀ ਘਿਓ ਨਾਲ ਬਣੀਆਂ ਆ, ਤੇ ਉਹ ਵੀ ਜਲਦੀ ਭਾਜੀ ਆਪਾਂ ਸਾਰਿਆਂ ਨੂੰ ਉਹਨਾਂ ਦਾ ਸਵਾਦ ਚਖਾਵਾਂਗੇ ਜ਼ਰੂਰ। ਜੀ ਜੀ, ਮੈਂ ਉਮੀਦ ਕਰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਰਿਕੁਐਸਟ ਆ, ਤੁਸੀਂ ਕੰਪਨੀ ਨੂੰ ਵੀ ਰਿਕੁਐਸਟ ਕਰਿਓ ਜੀ, ਪੰਜਾਬੀਆਂ ਦਾ ਇੱਕ ਫੇਵਰਿਟ ਸਾਗ, ਹੁਣ ਸਾਗ ਵਾਲਾ ਪੀਜ਼ਾ ਵੀ ਕੱਢੀ ਦਿਓ। ਮੈਂ ਬਰਾੜ ਸਾਹਿਬ ਮੈਂ ਦੱਸਣਾ ਚਾਹੁੰਦਾ, ਜਿਹੜਾ ਆਪਣਾ ਪਾਲਕ ਪਨੀਰ ਪੀਜ਼ਾ ਆ ਨਾ, ਮੈਂ ਜਦੋਂ ਪੀਜ਼ੇ ਦੇ ਵਿੱਚ ਆਇਆ ਨਹੀਂ ਸੀ ਉਸ ਵੇਲੇ, ਮੈਂ ਸ਼ਾਇਦ ਤੁਹਾਡੇ ਵਾਂਗੂ ਮੈਂ ਵੀ ਸ਼ਾਇਦ ਕੈਨੇਡਾ ਹੀ ਸਰੀ ਗਿਆ ਸੀਗਾ ਇੱਕ ਪ੍ਰੋਗਰਾਮ ਦੇ ਉੱਤੇ, ਉੱਥੇ ਮੈਂ ਖਾਧਾ ਸੀ ਉਹ, ਤੇ ਫਿਰ ਮੈਂ ਸੋਚਦਾ ਸੀ ਵੀ ਇਹ ਸ਼ਾਇਦ ਤੜਕਾ ਤੁੜਕਾ ਲਾ ਕੇ ਉਹ ਨਹੀਂ, ਸ਼ਾਇਦ ਜਿੱਦਾਂ ਉਹ ਨਹੀਂ ਬਣਾਇਆ ਵੀ ਉੱਤੇ ਪਾਤਾ, ਪਰ ਨਹੀਂ, ਜਿਹੜੀ ਸਾਡੇ ਕੋਲ ਜਿਹੜਾ ਪਾਲਕ ਪਨੀਰ ਪੀਜ਼ਾ ਆ ਉਹਦੀ ਮੈਂ ਜੇ ਰੈਸਪੀ ਦੱਸਤੀ ਤਾਂ ਉਹ ਤਾਂ ਵਾਇਰਲ ਹੋ ਜਾਊਗੀ, ਤੇ ਪਰ ਜਿੱਦਾਂ ਅਸੀਂ ਜਿਹੜੀ ਸਾਡੀ ਸੌਸ ਆ ਜਾਂ ਜਿਸ ਤਰੀਕੇ ਦੇ ਨਾਲ ਅਸੀਂ ਬਣਾਉਂਦੇ ਹਾਂ ਉਹ ਬਿਲਕੁਲ ਅਲੱਗ ਆ,
ਉਹਦੇ 'ਚ ਬਿਲਕੁਲ ਵੀ ਤੁਹਾਨੂੰ ਇਹ ਨਜ਼ਾਰਾ ਆਊਗਾ ਵੀ ਤੁਸੀਂ ਕਿਹੋ ਜਿਹਾ ਪਾਲਕ ਪਨੀਰ ਪੀਜ਼ਾ ਅੱਜ ਖਾ ਕੇ ਆਏ ਹੋ। ਜਿਹੜੇ ਖਾ ਜਾਂਦੇ ਆ ਉਹ ਬਾਰ ਬਾਰ ਔਡਰ ਕਰਦੇ ਆ ਸਾਡੇ ਪਾਲਕ ਪਨੀਰ, ਉਹਨਾਂ 'ਤੇ ਜਾਂਦਾ ਹੀ ਪਾਲਕ ਪਨੀਰ ਆ, ਬਹੁਤ ਬਾਕਮਾਲ ਪੀਜ਼ਾ ਆ ਉਹ ਜੀ। ਤੇ ਜਿਹੜੇ ਆਪਾਂ ਪੰਜਾਬੀਆਂ ਦੀ ਤਾਂ ਹੋ ਗਈ, ਜਿਹੜੇ ਗੋਰਿਆਂ ਦੇ ਪੀਜ਼ੇ ਨੇ ਉਹ ਤੁਸੀਂ ਕਿਹੜੇ, ਜਿਹੜੇ ਗੋਰੇ ਕਿਹੜੇ ਗੋਰੇ ਵੀ ਆ ਕੇ ਜ਼ਿਆਦਾ ਪੰਜਾਬੀ ਸਟਾਈਲ ਖਾਂਦੇ ਨੇ ਜਾਂ ਉਹ ਅਮਰੀਕਨ ਸਟਾਈਲ ਖਾਂਦੇ ਨੇ? ਖਾਂਦੇ ਆ ਭਾਜੀ, ਖਾਂਦੇ ਆ। ਸਾਡੇ ਪੰਜਾਬੀ ਪੀਜ਼ਾ ਜਿਹੜਾ ਪੰਜਾਬੀ ਸਟਾਈਲ ਆ ਬਹੁਤ ਜ਼ਿਆਦਾ ਲੋਕੀ ਸਪੈਸ਼ਲ ਆਉਂਦੇ ਆ ਖਾਣ, ਪਰ ਗੋਰਿਆਂ ਦਾ ਜਿਹੜਾ ਪੀਜ਼ਾ ਬਣਦਾ ਨਾ ਭਾਜੀ ਸਾਡੇ, ਉਹ ਤਾਂ ਕਿਆ ਬਾਤਾਂ ਹੀ ਆ ਭਾਜੀ। ਜਿਹੜਾ ਗੋਰਿਆਂ ਦੇ ਟ੍ਰੈਡੀਸ਼ਨਲ ਜਿੰਨੇ ਵੀ ਪੀਜ਼ੇ ਆ ਉਹ 'ਚ ਕੋਂਬੀਨੇਸ਼ਨ ਹੋ ਜਾਵੇ, ਜਾਂ ਜਿਹੜਾ ਉਹਨਾਂ ਦਾ ਅਸੀਂ ਸ਼ਿਕਾਗੋ ਫੇਵਰੇਟ ਪੀਜ਼ਾ ਸਾਡੇ ਕਾਫੀ ਜ਼ਿਆਦਾ ਲੋਕ ਲੈ ਕੇ ਜਾਂਦੇ ਸੁਪਰੀਮ ਦੀ ਤਰ੍ਹਾਂ ਆ, ਉਹਨਾਂ ਦਾ ਸਾਰਾ ਹੀ ਜਿਹੜਾ ਇਹਦੇ ਵਿੱਚ ਜੋ ਵੀ ਉਹ ਚਾਹੁੰਦੇ ਆ, ਚਾਹੇ ਪੈਪਰੋਨੀ, ਸਲਾਮੀ, ਬੀਫ ਜਾਂ ਜੋ ਵੀ ਉਹਨਾਂ ਦਾ ਹੈਗਾ ਉਹ ਪਾਉਂਦੇ ਆ। ਤੁਸੀਂ ਮੇਨਲੀ ਗੱਲ ਕ੍ਰਸਟ ਦੀ ਆ ਭਾਜੀ, ਸਾਡਾ ਕ੍ਰਸਟ ਬਹੁਤ ਬਾਕਮਾਲ ਆ ਜੀ। ਕ੍ਰਸਟ ਦੀ ਜਿਹੜੀ ਚੀਜ਼ ਆ ਉਧਰੋਂ ਨਹੀਂ ਕਿਤੋਂ ਵੀ ਮਿਲਣੀ। ਪੀਜ਼ੇ ਬੜੇ ਨੇ, ਵਧੀਆ ਚੱਲਦੇ ਨੇ, ਵੱਡੇ ਨੇ, ਅਮਰੀਕਨ ਕਾਫੀ ਵੱਡੇ ਵੱਡੇ ਬ੍ਰਾਂਡ ਨੇ, ਪਰ ਸਾਡਾ ਜਿਹੜਾ ਅਮਰੀਕਨ ਟ੍ਰੈਡੀਸ਼ਨਲ ਪੀਜ਼ਾਜ਼ ਨੇ ਉਹ ਬਹੁਤ ਬਹੁਤ ਟੇਸਟੀ ਨੇ ਭਾਜੀ। ਉਹਨਾਂ ਵਿੱਚ ਅਸੀਂ ਆਪਣਾ ਦੇਸੀ ਕੋਂਬੀਨੇਸ਼ਨ ਵੀ ਇੱਕ ਰੱਖਿਆ ਹੋਇਆ, ਉਹ 'ਚ ਵੀ ਟਵਿਸਟ ਕਰ ਦਿੱਤਾ, ਉਹ ਵੀ ਭੰਨ ਤੋੜ ਲਿਆ ਇੱਕ, ਤਾਂ ਉਹ ਜਿਹੜਾ ਦੇਸੀ ਕੋਂਬੀਨੇਸ਼ਨ ਆ ਅਮਰੀਕਨ ਸਟਾਈਲ ਦੇ ਵਿੱਚ ਅਸੀਂ ਪਾਇਆ ਹੈਗਾ, ਉਹ ਵੀ ਲੋਕੀ ਕਾਫੀ ਪਸੰਦ ਕਰ ਰਹੇ ਹਨ ਜੀ। ਮੈਨੂੰ ਲੱਗਦਾ ਵੀ ਹੁਣ ਆਉਣ ਵਾਲੇ ਸਮੇਂ 'ਚ ਤੁਸੀਂ ਦੇਸੀ ਘੇ ਦੀ ਗੱਲ ਕੀਤੀ, ਕਿਤੇ ਦੇਸੀ ਘੇ ਹੁਣ ਪੀਜ਼ਿਆਂ 'ਚ ਪਾਉਣ ਨਾ ਲੱਗ ਜਾਇਓ। ਬਿਲਕੁਲ, ਆਪਣੇ ਗੁਲਾਬ ਜਾਮਣ ਹੁੰਦੀਆਂ ਆ ਗੋਰੇ, ਬੜਾ ਇੱਕ ਦੋ ਵਾਰ ਅਸੀਂ ਕਈ ਵਾਰੀ ਜਦੋਂ ਲੈ ਕੇ ਆਉਂਦੀਆਂ ਸ਼ੁਰੂ ਦੇ ਵਿੱਚ, ਮੈਂ ਜਦੋਂ ਪੀਜ਼ਾ ਖੋਲਿਆ ਮੈਂ ਕਿਹਾ ਯਾਰ ਗੁਲਾਬ ਜਾਮਣਾਂ ਦਾ ਕੀ ਕੰਮ ਪੀਜ਼ੇ ਦੇ ਵਿੱਚ, ਤੇ ਪਰ ਅਸੀਂ ਕੀ ਮੇਰੇ ਕੋਲ ਬਾਲਟੀਆਂ ਵਾਧੂ ਪਈਆਂ ਸੀ, ਉਹ ਫਿਰ ਜਿਹੜੇ ਵੀ ਡਾਇਨਿੰਗ ਆਉਂਦੇ ਸੀ ਮੈਂ ਕੀ ਕਰਦਾ ਸੀ ਦੋ ਤਿੰਨ ਗੁਲਾਬ ਜਾਮਣ ਹਰੇਕ ਨੂੰ ਗਰਮ ਕਰਕੇ ਦੇਂਦਾ ਸੀ, ਉਹ ਐਸੇ ਲੱਗੇ ਹੁਣ ਉਹ ਕਈ ਆਉਂਦੇ ਉਹ ਕਹਿੰਦੇ ਫ੍ਰੀ ਗੁਲਾਬ ਜਾਮੁਨ, ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਪੰਜਾਬੀ ਆਪਣੇ ਵੀਰਾਂ ਨੂੰ, ਵੈਸੇ ਜਦੋਂ ਕਾਮਯਾਬੀ ਮਿਲਦੀ ਮੇਰਾ ਮਨ ਬੜਾ ਖੁਸ਼ ਹੁੰਦਾ ਕਿ ਆਪਾਂ ਏਡੀ ਦੂਰੋਂ ਆਏ ਆ ਪੰਜਾਬ ਦੇ ਵਿੱਚ, ਆਪਣੇ ਹਾਲਾਤ ਥੋੜੇ ਖਰਾਬ ਆ, ਖਰਾਬ ਵੀ ਕਾਹਦੇ ਕਿਉਂਕਿ ਉੱਥੇ ਇੰਡਸਟਰੀ ਕੋਈ ਹੈ ਨੀ ਸਿਰਫ, ਪਰ ਹਾਂ ਜਿਹੜਾ ਪੰਜਾਬੀਆਂ ਦਾ ਫੂਡ ਆ, ਲੰਗਰ ਹੋਵੇ ਜਾਂ ਉਹਨਾਂ ਦਾ ਵਿਆਹ ਹੋਵੇ ਜਾਂ ਮੇਲਾ ਹੋਵੇ, ਫੂਡ ਵਾਲੀ ਪੰਜਾਬੀ ਧੁੱਕੀ ਕੱਢ ਦਿੰਦੇ ਆ ਵੀ ਜਿੱਧਰ ਨੂੰ ਮਰਜ਼ੀ। ਹੁਣ ਤਾਂ ਪੀਜ਼ ਵੀ ਦੇਖਣ ਨੂੰ ਮਿਲ ਗਿਆ, ਹੋਰ ਵੀ ਬਹੁਤ ਮੈਂ ਦੇਖਿਆ ਜਿਹਨਾਂ ਦੇ ਨਾਲ ਨਾਲ ਪੰਜਾਬੀਆਂ ਨੇ ਜਾਣੀ ਕਿ ਜਿਹੜੀ ਚੀਜ਼ ਨੂੰ ਹੱਥ ਪਾ ਲਿਆ ਉਹਨੂੰ ਕੱਢ ਕੱਢ ਕੇ, ਜਦ ਤੱਕ ਇਹਨੂੰ ਪਤਾ ਨੀ ਲੱਗਦਾ ਦੂਜੀਆਂ ਕਮਿਊਨਿਟੀਆਂ ਨੂੰ ਛੱਡਦੇ ਨੀ। ਦੂਜਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਇੰਡੀਆਨਾ ਦੇ ਵਿੱਚ ਹੋਰ ਵੀ ਟੂਰਿਸਟ ਪੀਜ਼ੇ ਖੁੱਲੇ ਹੋਏ ਜਾਂ ਤੁਹਾਡਾ ਇਕੱਲਾ ਹੀ ਆ? ਨਹੀਂ ਦੇਖੋ, ਗ੍ਰੀਨਵੁੱਡ ਦੇ ਵਿੱਚ ਅਸੀਂ ਹੈਗੇ ਆ, ਹੋਰ ਕੋਈ ਨਹੀਂ ਹੈਗਾ। ਬੇਸ਼ੱਕ ਕੁਛ ਵੀਰਾਂ ਨੇ ਕੋਸ਼ਿਸ਼ਾਂ ਕੀਤੀਆਂ ਹੈਗੀਆਂ ਸੇਮ ਮੈਨਿਊ ਵਗੈਰਾ ਰੱਖਣ ਦੀਆਂ, ਪਰ ਉਹ ਚਲੋ ਉਹਨਾਂ ਦੀ ਆਪਣੀ ਹੈਗੀ ਆਦਤ, ਤੇ ਚਾਹੀਦਾ ਤਾਂ ਹੈ ਅਲੱਗ ਜੇ ਕੋਈ ਵੀ ਹੈਗਾ ਆਪਣਾ ਤਜਰਬਾ ਜਿਹੜਾ ਕਰੇ, ਸੋ ਉਹਨਾਂ ਨੂੰ ਉਹਨਾਂ ਦੇ ਮੁਬਾਰਕ। ਪਰ ਜਿਹੜੀ ਪੀਜ਼ਾ ਟਵਿਸਟ ਹੈਗਾ ਆ ਉਹ ਸਿਰਫ ਆਪਾਂ ਹੀ ਹੈਗੇ ਆ ਗ੍ਰੀਨਵੁੱਡ ਦੇ ਵਿੱਚ। ਇਸ ਤੋਂ ਇਲਾਵਾ ਦੋ ਲੋਕੇਸ਼ਨਾਂ ਹੈਗੀਆਂ, ਇੱਕ ਹੈਗੀ ਆ ਫਿਸ਼ਰ ਦੇ ਵਿੱਚ ਪੀਜ਼ਾ ਟਵਿਸਟ ਦੀ, ਦੂਜੀ ਜਿਹੜੀ ਲੋਕੇਸ਼ਨ ਹੈਗੀ ਆ ਉਹ ਹੈਗੀ ਆ ਆਪਣੇ ਪਲੇਨ ਫੀਲਡ ਦੇ ਵਿੱਚ। ਹਾਂਜੀ, ਇਹ ਤਿੰਨ ਲੋਕੇਸ਼ਨਾਂ ਹੀ ਹੈਗੀਆਂ, ਇਸ ਤੋਂ ਬਿਨਾਂ ਹੋਰ ਕੋਈ ਨਹੀਂ। ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਬਾਕੀ ਪੀਜ਼ਾ ਟਵਿਸਟ ਵਾਲੇ, ਮੈਂ ਪਤਾ ਵੀ ਕਰਾਇਆ ਸੀ ਤੁਹਾਡੇ ਵਾਲਾ, ਤਾਂ ਮੈਨੂੰ ਫਰੈਂਚਾਈਜ਼ ਨੇ ਦੱਸਿਆ ਕਹਿੰਦੇ ਜੀ ਆਹ ਓਰੀਜਨਲ ਆ, ਇਹਨਾਂ ਨੂੰ ਪਰਮਿਸ਼ਨ ਦਿੱਤੀ ਹੋਈ ਆ। ਪਰ ਸਾਡੇ ਪੰਜਾਬੀਆਂ ਦੀ ਆਦਤ ਆ ਵੀ ਪੁੱਠਾ ਕੰਮ ਵੀ ਜ਼ਰੂਰ ਕਰਨਾ। ਮੈਂ ਅਪੀਲ ਕਰੂੰਗਾ ਸਾਰੇ ਪੂਰੀ ਪੰਜਾਬੀ ਕਮਿਊਨਿਟੀ, ਕੋਈ ਵੀ ਇਦਾਂ ਦਾ ਜੇ ਇੱਕ ਪੰਜਾਬੀ ਆਪਣਾ ਸਕਸੈਸ ਆ ਤੁਸੀਂ ਹੋਰ ਕੁਛ ਕਰ ਲਓ, ਉਹਦੀਆਂ ਲੱਤਾਂ ਨਾ ਖਿੱਚੋ। ਨਹੀਂ ਮੈਂ ਇੱਥੇ ਗੱਲ ਰੋਕਣੀ ਚਾਹੁੰਦਾ, ਹੋਰ ਕੁਛ ਵੀ ਨਹੀਂ ਕਰਨਾ, ਤੁਸੀਂ ਵੀ ਪੀਜ਼ਾ ਬਣਾਓ, ਹਰ ਇੱਕ ਦਾ ਅਧਿਕਾਰ ਆ ਆਪਣਾ ਕੰਮ ਕਰੋ। ਤੁਸੀਂ ਆਪਣੇ ਦਮ ਦੇ ਉੱਤੇ ਉਸ ਚੀਜ਼ ਨੂੰ ਬਣਾਓ, ਆਪਣੇ ਦਮ ਦੇ ਉੱਤੇ ਮੈਨਿਊ ਬਣਾਓ, ਆਪਣੇ ਦਮ ਦੇ ਉੱਤੇ ਜਿਹੜੀ ਆਪਣੀ ਕਾਢ ਜਿਹੜੀ ਆ ਉਹ ਕੱਢੋ। ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੈਂ ਪਤਾ ਨਹੀਂ ਕੋਈ ਬੁੱਕ ਛੱਡੀ ਨਹੀਂ ਹੋਣੀ ਕਿਸੇ ਸਮੇਂ ਫੂਡ ਦੇ ਬਾਰੇ ਵਿੱਚ ਪੜ੍ਹਨੇ ਨੂੰ, ਕੋਈ ਵੀਡੀਓ ਨਹੀਂ ਸੁਣੀ ਹੋਣੀ। ਮੈਂ ਖੁਦ ਚਾਹੁੰਦਾ ਸੀ ਇੱਕ ਤਜਰਬਾ ਕਰਨਾ, ਪਰ ਮੈਂ ਜਦੋਂ ਵੇਖਿਆ ਵੀ ਮੈਂ ਪੀਜ਼ਾ ਟਵਿਸਟ ਇਜ਼ ਬੈਟਰ ਫੋਰ ਮੀ, ਠੀਕ ਹੈ, ਮੈਂ ਹਰਪ੍ਰੀਤ ਦਈਆ ਸਾਹਿਬ ਨੂੰ ਵੀ ਦੱਸਿਆ ਸੀ, ਮੈਂ ਫਰੈਜ਼ਨੋ ਜਾ ਕੇ ਰੈਸਟੋਰੈਂਟ ਖੋਲ੍ਹਣ ਲੱਗਾ ਸੀ ਬਿਲਕੁਲ ਪੀਜ਼ਾ ਟਵਿਸਟ ਦੇ ਨਾਲ, ਉੱਥੇ ਇੱਕ ਬਿਲਡਿੰਗ ਮਿਲਦੀ ਸੀ ਟੀ ਮੋਬਾਈਲ ਦੀ, ਉੱਥੇ ਲੱਗਾ ਸੀ ਖੋਲ੍ਹਣ। ਪਰ ਮੈਂ ਇਹ ਗੱਲ ਵੇਖੀ ਵੀ ਨਹੀਂ ਆਹ ਚੀਜ਼ ਜਿਹੜੀ ਆ ਉਹ ਬਿਲਕੁਲ ਵਧੀਆ ਆ, ਮੈਂ ਕਿਉਂ ਪੰਗਾ ਹੀ ਲਵਾਂ, ਮੈਂ ਹੈਨਾ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਆ ਉਹੀ ਸਿਲਸਿਲਾ ਕਮਿਊਨਿਟੀ ਕਨੈਕਟ ਲੈ ਕੇ, ਤੇ ਆਪਣੇ ਨਾਲ ਜੁੜੇ ਹੋਏ ਨੇ ਸਟਿਲ
ਹਰਜਾਬ ਸਿੰਘ ਜੀ ਸ਼ਿਕਾਗੋ ਟੈਸਟ ਵੀਜ਼ੇ ਤੋਂ, ਗ੍ਰੀਨ ਬੋਰਡ ਇੰਡੀਆਨਾ ਤੋਂ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ। ਅਤੇ ਉਹਨਾਂ ਦੇ ਮੈਂ ਜਦੋਂ ਗਿਆ ਉਹਨਾਂ ਨੂੰ ਮਿਲਣ, ਅਤੇ ਇੱਕ ਹੋਰ ਵੀ ਦੇਖਣ ਨੂੰ ਚੀਜ਼ ਮਿਲੀ ਕਿ ਉਹਨਾਂ ਨੇ ਫਾਰਮਰਾਂ ਨੂੰ ਬੜਾ ਸਪੋਰਟ ਕੀਤਾ, ਫਾਰਮਰਾਂ ਦਾ ਬੜਾ ਵੱਡਾ ਪੋਸਟਰ ਬਣਾ ਕੇ ਆਪਣੇ ਪੀਜ਼ੇ 'ਤੇ ਰੱਖਿਆ ਹੋਇਆ। ਮੈਨੂੰ ਲੱਗਦਾ ਵੀ ਲੋਕ ਜ਼ਰੂਰ ਆ ਕੇ ਪੁੱਛਦੇ ਹੋਣਗੇ ਕਿ ਕੀ ਆ, ਅਤੇ ਆਪਾਂ ਉਹਨਾਂ ਨੂੰ ਵੀ ਜ਼ਰੂਰ ਪੁੱਛਾਂਗੇ। ਅਤੇ ਹਰਜਾਪ ਸਿੰਘ ਜੀ, ਇਹ ਮੈਂ ਦੇਖਿਆ ਸੀ ਜਿਹੜਾ ਫਾਰਮਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ, ਅਤੇ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ? ਕਿਉਂਕਿ ਤੁਸੀਂ ਰੈਲੀ 'ਤੇ ਵੀ ਗਏ ਸੀਗੇ, ਮੈਂ ਤੁਹਾਨੂੰ ਉੱਥੇ ਵੀ ਮਿਲਿਆ ਸੀ, ਅਤੇ ਤੁਹਾਡੇ ਪੀਜ਼ੇ 'ਤੇ ਤੁਸੀਂ ਬੜਾ ਵੱਡਾ ਪੋਸਟਰ ਵੀ ਰੱਖਿਆ ਹੋਇਆ, ਅਤੇ ਫਾਰਮਰਾਂ ਨਾਲ ਇਹ ਮੈਂ ਪੁੱਛਣਾ ਭੁੱਲ ਗਿਆ ਸੀ ਵੀ ਤੁਸੀਂ ਵੀ ਫਾਰਮਿੰਗ ਨਾਲ ਜੁੜੇ ਹੋਏ ਹੋ ਪਿੱਛੋਂ। ਜੀ ਬਿਲਕੁਲ ਬਰਾੜ ਸਾਹਿਬ, ਦੇਖੋ ਜੁੜੇ ਤਾਂ ਅਸੀਂ ਬਿਲਕੁਲ ਹੋਏ ਹੀ ਹਾਂ। ਜਿਹੜੀ ਸਭ ਤੋਂ ਵੱਡੀ ਗੱਲ ਹੈ, ਦੇਖੋ ਬਾਣੀ ਕਹਿੰਦੀ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਅਸੀਂ ਪੁੱਤ ਧਰਤੀ ਦੇ ਵੀ ਹਾਂ, ਅਸੀਂ ਜਿਹਨਾਂ ਤੋਂ ਜਾਏ ਹਾਂ ਅਸੀਂ ਉਹਨਾਂ ਦੇ ਪੁੱਤ ਨਹੀਂ ਹਾਂ, ਅਸੀਂ ਧਰਤੀ ਦੇ ਵੀ ਜਾਏ ਹਾਂ। ਸੋ ਇਹ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਕਿ ਅਸੀਂ ਜਿਹੜੇ ਹਾਂ ਅਸੀਂ ਆਪਣੀ ਧਰਤੀ ਦੇ ਨਾਲ, ਆਪਣੀ ਜਿਹੜੀ ਸਾਡੇ ਰਾਈਟਸ ਨੇ ਉਹਨਾਂ ਦੇ ਨਾਲ, ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਈਏ, ਉਹ ਸਾਡਾ ਜੁੜਨਾ ਸੁਭਾਵਿਕ ਆ। ਕਿਉਂਕਿ ਇਹ ਚੀਜ਼ ਸਾਡੇ ਮਾਇੰਡ ਦੇ ਵਿੱਚ ਆਉਂਦੀ ਆ, ਅਸੀਂ ਬਾਣੀ ਪੜ੍ਹਦੇ ਹਾਂ, ਸਾਡੇ ਕੰਨਾਂ 'ਚ ਪੈਂਦੀ ਆ। ਜੇ ਕੋਈ ਨਹੀਂ ਗੁਰਸਿੱਖ ਹੈਗਾ, ਉਹ ਰਹਿਤ ਦੇ ਵਿੱਚ ਆ, ਉਹ ਵੀ ਗੁਰੂ ਘਰ ਜਾਂਦਾ, ਉਹਦੇ ਵੀ ਕੰਨ ਦੇ ਵਿੱਚ ਉਹ ਅਸਰ ਸਾਨੂੰ ਕਰਦੀ ਆ। ਸੋ ਅਸੀਂ ਫਾਰਮਰਸ ਦੀ ਫੁੱਲ ਸਪੋਰਟ ਕਰਦੇ ਹਾਂ ਇਸ ਗੱਲ ਦੇ ਉੱਤੇ, ਉਹ ਰਾਈਟਸ ਲਈ ਖੜੇ ਨੇ ਆਪਣੇ ਦੇ ਲਈ, ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਣ, ਉਹ ਸਿੱਖ ਨੇ, ਉਹ ਕੋਈ ਹੋਰ ਨੇ, ਉਹਨਾਂ ਦੇ ਲਈ ਸਾਡੇ ਦਿਲ 'ਚੋਂ ਆਵਾਜ਼ ਆਉਣੀ। ਇਹ ਸਾਡੇ ਪ੍ਰੋਟੈਸਟ ਹੋਏ ਸੀ ਜਿਵੇਂ ਤੁਸੀਂ ਦੱਸਿਆ, ਅਸੀਂ ਉਹਨਾਂ ਦੀ ਵੀ ਫੁੱਲ ਸਪੋਰਟ ਕੀਤੀ ਪੀਜ਼ਾ ਟ੍ਰਸਟ ਵੱਲੋਂ, ਉੱਥੇ ਅਸੀਂ ਫ੍ਰੀ ਲੰਗਰ ਵੀ ਲਾਏ, ਅਤੇ ਇਨ ਫਿਊਚਰ ਵੀ ਅਸੀਂ ਪੰਜਾਬ ਦੇ ਵਿੱਚ ਵੀ ਅਸੀਂ ਆਪਣੇ ਵੀਰਾਂ ਨੂੰ ਕਹਿੰਦੇ ਹਾਂ ਹਰ ਇੱਕ ਤਰ੍ਹਾਂ ਦੇ ਨਾਲ ਅਸੀਂ ਉਹਨਾਂ ਦਾ ਜਿਹੜਾ ਆ ਸਪੋਰਟ ਕਰਾਂਗੇ। ਕਿਉਂ ਗੱਲ ਹੱਕਾਂ ਦੀ ਆ, ਅਤੇ ਹੱਕਾਂ ਦੇ ਨਾਲ ਖੜਨਾ, ਗੁਰੂ ਦੇ ਸਿੱਖ ਜੇ ਅਸੀਂ ਦਮਾਲੇ ਸਜਾਏ ਆ ਤਾਂ ਸਾਡਾ ਪਹਿਲਾ ਫਰਜ਼ ਬਣਦਾ ਜੀ। ਇੱਕ ਦੂਸਰਾ ਇਹ ਸੀ ਕਿ ਆਪਾਂ ਵੀ ਹਰ ਵਾਰੀ ਹਰ ਜਦੋਂ ਵੀ ਲਾਈਵ ਹੁੰਦੇ ਜ਼ਰੂਰ ਸ਼ੋਅ ਤੋਂ ਇਹ ਗੱਲ ਕਰਦੇ ਹਾਂ, ਅਤੇ ਦੂਜਾ ਤੁਹਾਨੂੰ ਆਪਾਂ ਤੁਸੀਂ ਹੁਣ ਇਸ ਪਾਸੇ ਜੁੜੇ ਹਾਂ, ਇੱਕ ਹੋਰ ਕੁਐਸਚਨ ਪੁੱਛਦੇ ਕਿ ਆ ਜਿਹੜਾ 26 ਜਨਵਰੀ ਤੋਂ ਬਾਅਦ ਜੋ ਵੀ ਹਾਦਸਾ ਹੋਇਆ ਜੀ, ਸਰਕਾਰ ਨੇ ਕਰਾਇਆ ਜਾਂ ਲੋਕੀ ਦੀਪ ਸਿੱਧੂ ਨੂੰ ਕਹਿ ਰਹੇ ਨੇ ਜਾਂ ਲੱਖੇ ਸਦਾਣੇ ਨੂੰ ਜਾਂ ਹੋਰ ਸਾਰੇ ਜਿਹੜੇ ਕੋਈ ਵੀ ਸ਼ਰਾਰਤੀ ਸ਼ਖਸ ਨੇ ਉਹ ਏਦਾਂ ਦੀਆਂ ਅਫਵਾਹਾਂ ਫੈਲਾ ਰਹੇ ਨੇ, ਤੁਸੀਂ ਇਹਨਾਂ ਨੂੰ ਕਿੱਦਾਂ ਦੇਖਦੇ ਹੋ? ਐਸੇ ਬੈਠੇ ਇੱਥੇ ਕੰਮ ਕਾਰ ਵੀ ਕਰਦੇ ਹੋ, ਕਿੱਦਾਂ ਦੇਖਦੇ ਹੋ ਸਾਰੇ ਨੂੰ? ਦੇਖੋ ਉਹਦੇ ਤੇ ਇਹ ਸਟੇਜ ਨਹੀਂ ਅੱਜ ਇੱਥੇ ਮੈਂ ਉਹਦੇ ਤੇ ਕ੍ਰਿਟਿਸਿਜ਼ਮ ਕਰਾਂ। ਮੈਂ ਉਹਦੇ ਤੇ ਸਿਰਫ ਇੰਨੀ ਗੱਲ ਹੀ ਕਹਿਣੀ ਚਾਹੁੰਦਾ ਆ ਵੀ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਹੋਇਆ ਇਕੱਠ ਜਾਂ ਲਿਜਾਇਆ ਗਿਆ ਇਕੱਠ, ਜਿਹੜਾ ਆਪਣੇ ਲਾਲ ਕਿਲੇ ਤੇ ਨੂੰ, ਜੇਕਰ ਉੱਥੇ ਕੁਝ ਮਾਵਾਂ ਦੇ ਪੁੱਤਾਂ ਨੇ ਆਪਣਾ ਕੇਸਰੀ ਨਿਸ਼ਾਨ ਸਾਹਿਬ ਨਾਲ ਦੀ ਨਾਲ, ਜਿਹੜੇ ਉਹਨਾਂ ਦੇ ਹੱਥਾਂ ਦੇ ਵਿੱਚ ਤਿਰੰਗੇ ਵੀ ਸੀ, ਉਹਨਾਂ ਦੇ ਹੱਥਾਂ ਦੇ ਵਿੱਚ ਕਿਸਾਨੀ ਦੇ ਵੀ ਸੀ, ਉਹਨਾਂ ਦੇ ਹੱਥਾਂ ਵਿੱਚ ਦਾਤੀ ਥੋੜੇ ਦੇ ਵੀ ਸੀ, ਇੱਕ ਖਾਲੀ ਪੋਲ ਦੇ ਉੱਤੇ, ਜੇਕਰ ਉਹ ਨਿਸ਼ਾਨ ਸਾਹਿਬ ਲਾ ਵੀ ਦਿੰਦੇ ਆ ਤਾਂ ਸਾਡੀਆਂ ਹੀ ਜਿਹੜੇ ਆਗੂ ਨੇ ਉਹਨਾਂ ਨੂੰ ਉਹਦਾ ਸਵਾਗਤ ਕਰਨਾ ਚਾਹੀਦਾ ਸੀ ਦੂਜੇ ਦਿਨ, ਕਿ ਕੋਈ ਗੱਲ ਨਹੀਂ ਹੋਵੇ, ਕਿਉਂ ਅਸੀਂ ਧਿਰ ਬਣ ਕੇ ਖੜੇ ਹਾਂ, ਇੱਕ ਪਾਸੇ ਸਟੇਟ ਹੈ, ਇੱਕ ਪਾਸੇ ਅਸੀਂ ਖੜੇ ਹਾਂ ਜਿਹੜੇ ਉਸ ਸਟੇਟ ਦੇ ਕੋਲ ਆਪਣੇ ਹੱਕ ਮੰਗ ਰਹੇ ਹਾਂ। ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਘੁੱਟ ਘੁੱਟ ਕੇ ਗੱਲ ਵਕੜੀਆਂ ਲਾਉਣਾ ਚਾਹੀਦਾ ਸੀ ਤਾਂ ਕਿ ਕਿਸੇ ਦੇ ਖਿਲਾਫ ਵੀ ਜਿਹੜੀ ਗੌਰਮੈਂਟ ਆ ਕੋਈ ਐਕਸ਼ਨ ਨਾ ਲੈ ਪਾਉਂਦੀ ਜਾਂ ਕਿਸੇ ਨੂੰ ਵੀ ਜਿਹੜਾ ਉੱਥੇ ਗਦਾਰ ਵਗੈਰਾ ਜਿਹੜਾ ਲਾਣਨਾ, ਇਹ ਸਾਡੇ ਰਾਹ ਨਹੀਂ ਗੇ। ਸਾਡਾ ਰਾਹ ਆ ਸਾਰਿਆਂ ਨੂੰ ਜੋੜਨਾ, ਬੇਸ਼ੱਕ ਉਹਦੇ 'ਚ ਕਿਸੇ ਦੇ ਵਿਚਾਰਕ ਮਤਭੇਦ ਹੋਣ, ਉਹ ਹੋ ਸਕਦੇ ਨੇ, ਚੱਲਣਾ ਆਉਂਦਾ ਆ। ਜੇਕਰ ਤੁਹਾਡੇ ਅਲੱਗ ਅਲੱਗ ਵੱਖਰੇ ਵਿਚਾਰ ਨੇ ਤਾਂ ਇੱਕ ਚੰਗੀ ਸੋਚ ਨੂੰ ਜਨਮ ਦਿਆ ਕਰਦੇ ਆ, ਪਰ ਸਾਡੇ 'ਚ ਹੋਣ ਕੀ ਲੱਗ ਪਿਆ, ਸਾਡੇ ਅਲੱਗ ਵਿਚਾਰ ਨੇ ਤਾਂ ਅਸੀਂ ਇੱਕ ਦੂਜੇ ਨਾਲ ਵਿਖੇੜੇ ਪਾ ਲੈਂਦੇ ਹਾਂ। ਅਸੀਂ ਇਹ ਨਹੀਂ ਸੋਚਦੇ ਕਿ ਜਿਹੜੇ ਓਪੋਜ਼ਿਟ ਚੀਜ਼ਾਂ ਜੇ ਆਪਸ ਵਿੱਚ ਮਿਲ ਜਾਣ ਤਾਂ ਇੱਕ ਬਹੁਤ ਵੱਡੀ ਕ੍ਰਾਂਤੀ ਜਿਹੜੀ ਆ ਉਹ ਲਿਆਇਆ ਕਰਦੀਆਂ। ਸੋ ਉੱਥੇ ਵੀ ਲੋੜ ਇਹੀ ਆ, ਜੇਕਰ ਯੂਥ ਜਿਹੜਾ ਇੱਕ ਅਲੱਗ ਥੋੜ੍ਹੀ ਸੋਚ ਰੱਖਦਾ ਤਾਂ ਜਿਹੜੇ ਸਾਡੇ ਦੂਸਰੇ ਭਾਈ ਨੇ ਉਹਨਾਂ ਨੂੰ ਗੱਲ ਵੱਕੜੀ ਨਾਲ ਲਾਉਣਾ ਚਾਹੀਦਾ ਸੀ, ਜਦਕਿ ਹੋਇਆ ਥੋੜ੍ਹਾ ਕੁਝ ਉਲਟਿਆ। ਉਹਦੇ ਲਈ ਆਪਾਂ ਜਿਹੜੇ ਆ ਉਹ ਥੋੜ੍ਹੇ ਸੈਡ ਵੀ ਹੈ ਇਸ ਗੱਲ ਦੇ ਲਈ, ਅਤੇ ਯੂਥ ਦੇ ਬਿਲਕੁਲ ਨਾਲ ਆ। ਅਤੇ ਅਸੀਂ ਮੈਂ ਤਾਂ ਤੁਹਾਡੇ ਚੈਨਲ 'ਤੇ ਕਹਿੰਦਾ ਇਸ ਗੱਲ ਦੀ ਮੈਨੂੰ ਕੋਈ ਰੋਕ ਨਹੀਂ ਹੈ, ਲੱਖਾ ਸਦਾਣਾ, ਦੀਪ ਸਿੱਧੂ ਤੇ ਬਾਕੀ ਵੀ ਜਿਹੜੀਆਂ ਉੱਥੇ ਜਥੇਬੰਦੀਆਂ ਬੈਠੀਆਂ ਉਹਨਾਂ ਨੂੰ ਇੱਕ ਦੂਜੇ ਨਾਲ ਲੜਨਾ ਚਾਹੀਦਾ। ਉਹ ਵੀ ਸਾਡੇ ਭਰਾ ਨੇ, ਉਹ ਵੀ ਸਾਡੇ ਬਜ਼ੁਰਗ ਨੇ, ਸਾਰੇ ਸਤਿਕਾਰਯੋਗ ਜੀ। ਇਹ ਬੜਾ ਵਧੀਆ ਵਿਚਾਰ ਆ ਤੁਹਾਡਾ ਕਿ ਜਿਹੜਾ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੀ ਆਪਣੀ ਅਸਲੀ ਲੜਾਈ ਆ ਆਪਣੀ ਜ਼ਮੀਨ ਬਚਾਉਣ ਦੀ, ਆਪਣੀ ਆਪਣੇ ਹੱਕ ਲੈਣ ਦੀ ਜਾਂ ਆਪਣਾ ਜਿਹੜਾ ਚਿਹਰਾ ਹੈ ਉਹ ਬਚਾਉਣ ਦੀ, ਇਹ ਬੜਾ ਵਧੀਆ ਵਿਚਾਰ ਆ ਤੁਹਾਡਾ। ਪਰ ਮੈਂ ਇਸੇ ਵਿਚਾਰ ਦੇ ਨਾਲ ਸਾਰੀ ਜਿਹੜੀ ਇੱਥੇ ਦੀ ਕਮਿਊਨਿਟੀ ਆ ਉਹਨਾਂ ਨੂੰ ਦੋ ਗੱਲਾਂ ਜ਼ਰੂਰ ਕਹਿਣਾ ਚਾਹਾਂਗਾ ਕਿ ਜੋ ਵਿਚਾਰ ਤੁਸੀਂ ਦੱਸਿਆ ਤੁਹਾਡਾ ਬੜਾ ਵਧੀਆ, ਔਰ ਜਿਸ ਤਰ੍ਹਾਂ ਤੁਸੀਂ ਸਪੋਰਟ ਕਰਦੇ ਹੋ ਜਿਹੜੀ ਇੱਥੇ ਪੰਜਾਬੀ ਕਮਿਊਨਿਟੀ ਬੜੀ ਵੱਡੀ ਆ ਗ੍ਰੀਨ ਵਾਲ, ਮੈਂ ਜ਼ਰੂਰ ਚਾਹਾਂਗਾ ਕਿ ਪੰਜਾਬੀ ਚਾਹੇ ਫਿਸ਼ਰ 'ਚ ਹੋਣ ਚਾਹੇ ਪਲੇਨਫੀਲਡ ਹੋਣ ਜਿੱਥੇ ਵੀ, ਉਹ ਜ਼ਰੂਰ ਜਿਹੜੇ ਲੋਕਲ ਬਿਜ਼ਨਸ ਸਪੈਸ਼ਲੀ ਜਿਹੜੇ ਖਾਣ ਵਾਲੇ ਵਧੀਆ ਟੋਸਟ ਪੀਜ਼ਾ ਬਣਾ ਕੇ ਦਿੰਦੇ ਨੇ ਤੁਹਾਨੂੰ, ਤੁਸੀਂ ਜ਼ਰੂਰ ਉਹਨਾਂ ਨੂੰ ਵੀ ਇੰਨਾ ਹੀ ਸਪੋਰਟ ਕਰੋ। ਹੋਰ ਵੀ ਆਪਾਂ ਰੈਸਟੋਰੈਂਟ ਜਾ ਕੇ ਖਾਂਦੇ ਹਾਂ, ਜ਼ਰੂਰ ਜਿੱਥੇ ਆਪਣਾ ਪੰਜਾਬੀ ਭਾਈ ਬੈਠਾ ਜੇ ਉਹਨੂੰ ਸਪੋਰਟ ਕਰੋਗੇ ਉਹਨੂੰ ਸਪੋਰਟ ਮਿਲੂਗੀ, ਤੁਸੀਂ ਪੀਜ਼ਾ ਤਾਂ ਖਾਣਾ ਹੀ ਆ, ਕਿਉਂ ਨਹੀਂ? ਜਿਹੜਾ ਆਪਣੇ ਮੁੱਢ ਵਾਲਾ ਜਿਹੜਾ ਆਪਣੇ ਪੰਜਾਬੀ ਭਰਾ ਆਪਣੀ
ਕਮਿਊਨਿਟੀ ਨੂੰ ਇੰਨਾ ਸਪੋਰਟ ਕਰਦਾ, ਫਾਰਮਰਾਂ ਨੂੰ ਇੰਨਾ ਸਪੋਰਟ ਕਰਦਾ, ਉਹਨੂੰ ਸਪੋਰਟ ਕੀਤਾ ਜਾਵੇ। ਫਿਰ ਦੂਜਾ ਮੈਂ ਖੁਦ ਜਾ ਕੇ ਜਦੋਂ ਮੈਂ ਐਕਸਪੀਰੀਅੰਸ ਕੀਤਾ, ਮੈਂ ਜ਼ਰੂਰ ਅਪੀਲ ਕਰੂੰਗਾ ਜਸ ਟੀਵੀ ਦੇ ਥਰੂ ਵੀ ਪੰਜਾਬੀ ਵੀਰੋ ਇੱਕ ਵਾਰੀ ਜਾ ਕੇ ਆਓ, ਤੁਹਾਨੂੰ ਵਾਪਸ ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ, ਤੁਸੀਂ ਆਪ ਹੀ ਭੱਜੇ ਜਾਣਾ ਸਫਾਈ ਦੇਖ ਕੇ ਔਰ ਪੀਜ਼ੇ ਦਾ ਟੇਸਟ ਦੇਖ ਕੇ ਔਰ ਭਾਜੀ ਉਹਨਾਂ ਦੀ ਸਰਵਿਸ ਦੇਖ ਕੇ, ਜਿਹੜੀ ਸਰਵਿਸ ਇਹਨਾਂ ਨੇ ਦਿੱਤੀ ਪੀਜ਼ਾ ਦਿੱਤਾ ਉਹਦੇ ਨਾਲ ਮੈਂ ਫਿਰ ਇੱਕ ਵਾਰੀ ਭਾਜੀ ਉਹਨੂੰ ਜ਼ਰੂਰ ਪੁੱਛੂੰਗਾ ਕਿ ਜਿਹੜਾ ਆਉਣ ਵਾਲਾ ਸਮਾਂ ਆ ਉਹਦੇ ਵਿੱਚ ਤੁਸੀਂ ਇਹਨੂੰ ਜਿਹੜਾ ਤੁਸੀਂ ਕਿਹਾ ਰਿਮਾਡਲ ਕਰਨ ਜਾ ਰਹੇ ਆ ਉਹਦੇ ਵਿੱਚ ਕੀ ਹੋਰ ਐਡ ਕਰੋਗੇ ਰਿਮਾਡਲਿੰਗ ਦੇ ਨਾਲ? ਜੀ ਦੇਖੋ ਇਹਦੇ ਚ ਕਾਫੀ ਕੁਝ ਜਿਹੜੇ ਆ ਪੀਜ਼ਾਸ ਦੇ ਨਾਲ ਦੀ ਨਾਲ ਕੁਝ ਜਿਹੜੇ ਸੈਂਡਵਿਚ ਜਿਹੜੇ ਆ ਉਹ ਵੀ ਆ ਰਹੇ ਆ, ਜਿਵੇਂ ਸਾਡੇ ਵੀਰ ਜਿਹੜੇ ਨੇ ਉਹ ਟਾਕੋਜ਼ ਖਾਂਦੇ ਆ, ਸੋ ਕੁਝ ਪੰਜਾਬੀ ਸਟਾਈਲ ਟਾਕੋਜ਼ ਵੀ ਆ ਜਾਣੇ ਆ ਤੇ ਉਹ ਵੀ ਟਵਿਸਟ ਆ ਇੱਕ, ਤੇ ਨਾਲ ਦੀ ਨਾਲ ਜਿਵੇਂ ਆਪਾਂ ਗੱਲ ਕੀਤੀ ਆ ਕੁਝ ਸਵੀਟਸ ਜਿਹੜੀਆਂ ਉਹ ਵੀ ਆ ਜਾਣੀਆਂ, ਕੁਝ ਸਾਡੇ ਵੀਰ ਜਿਹੜੇ ਨੇ ਉਹ ਮਾਸਾਹਾਰੀ ਨੇ ਉਹ ਮੀਟ ਖਾਂਦੇ ਨੇ, ਮੀਟ ਖਾਣ ਦੇ ਸ਼ੌਕੀਨ ਆ, ਸੋ ਜਿਵੇਂ ਕੈਨੇਡਾ ਦੇ ਵਿੱਚ ਤੁਹਾਨੂੰ ਮੈਰੀਨੇਟਡ ਮੀਟ ਮਿਲਦਾ ਆ ਉਹ ਵੀ ਇੱਥੇ ਜਿਹੜਾ ਉਹ ਮਿਲਿਆ ਕਰੂਗਾ, ਤੇ ਪਰ ਹਾਂ ਇਸ ਗੱਲ ਦਾ ਵਾਅਦਾ ਕਰਦੇ ਹਾਂ ਕਿ ਉਹ ਵੱਡੀ ਗਿਣਤੀ ਜਿਹੜੀ ਆ ਉਹ ਸਾਡੇ ਵੀਰਾਂ ਦੀ ਉਹਨਾਂ ਦੀ ਆ ਜਿਹੜੇ ਬਿਲਕੁਲ ਸੁੱਚਮ ਰੱਖਦੇ ਨੇ, ਤੇ ਅਸੀਂ ਇਸ ਗੱਲ ਦੀ ਬਿਲਕੁਲ ਪਹਿਲ ਕਦਮੀ ਰੱਖਦੇ ਹਾਂ ਵੀ ਅਸੀਂ ਸੁੱਚਮ ਰੱਖਦੇ ਹਾਂ, ਖਾਸ ਕਰ ਜਿਹੜੇ ਕੁਝ ਵੀਰ ਸਾਡੇ ਅੰਮ੍ਰਿਤਧਾਰੀ ਨੇ ਜਾਂ ਉਹ ਚਾਹੁੰਦੇ ਆ ਵੀ ਉਹਨਾਂ ਦਾ ਖਾਣਾ ਵੀ ਜਿਹੜਾ ਕੋਈ ਅੰਮ੍ਰਿਤਧਾਰੀ ਸਿੰਘ ਬਣਾਵੇ, ਤਾਂ ਦਾਸ ਜਿਹੜਾ ਹੈ ਜੀ ਉਹ ਹਮੇਸ਼ਾ ਹਾਜ਼ਰ ਰਹਿੰਦਾ ਇਸ ਗੱਲ ਦੇ ਲਈ, ਤੇ ਉਹ ਮੈਂ ਆਪ ਖੁਦ ਉਹਨਾਂ ਦੇ ਲਈ ਜਿਹੜਾ ਆ ਉਹ ਪੀਜ਼ਾ ਬਣਾ ਤਿਆਰ ਕਰਦਾ ਹੈਗਾ, ਤੇ ਉਹਨਾਂ ਦੀ ਸੁੱਚਮ ਦਾ ਵੀ ਖਿਆਲ ਰੱਖਦਾ ਆ, ਤੇ ਉਹਨਾਂ ਦੇ ਲਈ ਜਿਹੜੇ ਕਟਿੰਗ ਵਾਲੇ ਹੁੰਦੇ ਆ ਉਹ ਵੀ ਅਸੀਂ ਅਲੱਗ ਰੱਖੇ ਹੋਏ ਆ, ਤੇ ਈਵਨ ਉਹਨਾਂ ਦੇ ਜਿਹੜੇ ਪੀਜ਼ੇ ਕੱਟਣ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਧੋਈਦਾ ਵੀ ਆ, ਉਹਨਾਂ ਨੂੰ ਸਾਫ਼ ਵੀ ਕਰੀਦਾ ਆ। ਸੋ ਬਾਕੀ ਜਿਹੜੇ ਨੋਨ ਵੈਜ ਵੈਜ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿਣੀਆਂ, ਸਾਨੂੰ ਸਾਰਿਆਂ ਨੂੰ ਉਸ ਕਮਿਊਨਿਟੀ ਦੇ ਹਿਸਾਬ ਨਾਲ ਚੱਲਣਾ ਵੀ ਪੈਂਦਾ, ਬਿਜ਼ਨਸ ਵੀ ਕਰਨੇ ਹੁੰਦੇ ਆ, ਕੰਮ ਕਾਰਜ ਕਰਾਂਗੇ ਤਾਂ ਦੇਖੋ ਜਿਵੇਂ ਤੁਸੀਂ ਕੌਮ ਦੀ ਗੱਲ ਕੀਤੀ ਆ, ਸਪਿਰਿਟ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਪੰਜਾਬੀ ਦੇ ਵਿੱਚ ਬਖਸ਼ੀ ਆ, ਤਾਂ ਹੀ ਅਸੀਂ ਲੋਕ ਇੱਥੇ ਤੱਕ ਪਹੁੰਚੇ ਹਾਂ। ਜੇ ਆਪਾਂ ਸਾਰੇ ਕਾਮਯਾਬ ਹੋਵਾਂਗੇ, ਇਹ ਗੱਲ ਫੀਲ ਕੀਤੀ ਆ, ਅਸੀਂ ਕੌਮ ਦੇ ਵਿੱਚ ਵਿਚਰਦੇ ਹਾਂ, ਸੇਵਾ ਕਰਦੇ ਹਾਂ, ਅਸੀਂ ਘਰ ਬਾਰ ਛੱਡ ਛੱਡ ਕੇ ਵੀ ਦੌੜੇ ਫਿਰਦੇ ਰਹੇ ਹਾਂ, ਪਰ ਹਾਂ ਜੇ ਸਾਡੇ ਕੋਲ ਸਾਡੇ ਕੰਮ ਕਾਰ ਨਹੀਂ ਚੱਜਦੇ ਤਾਂ ਤੁਸੀਂ ਕੌਮ ਦੀ ਸੇਵਾ ਵੀ ਨਹੀਂ ਕਰ ਸਕਦੇ, ਇਹ ਵੀ ਗੱਲ ਜਿਹੜੀ ਆ ਜ਼ਰੂਰੀ ਆ। ਸਾਨੂੰ ਫਾਈਨੈਂਸ਼ਲੀ ਤੌਰ 'ਤੇ ਹਰ ਇੱਕ ਸਾਡੇ ਪੰਜਾਬੀ ਵੀਰ ਨੂੰ ਕੋਈ ਵੀ ਕਿਤੇ ਵੀ ਆ, ਆਓ ਅਸੀਂ ਸਾਰੇ ਗਾਂਹ ਵਧੀਏ, ਇੱਕ ਦੂਜੇ ਦੀ ਸਪੋਰਟ ਕਰੀਏ, ਤਕੜੇ ਹੋਈਏ, ਤਾਂ ਕਿ ਆਪਾਂ ਆਪਣੀ ਪੰਜਾਬੀਅਤ ਦਾ ਸੁਨੇਹਾ ਪੂਰੇ ਦੇ ਸਕੀਏ। ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ, ਇਸੇ ਤਰ੍ਹਾਂ ਹੀ ਮੈਂ ਜ਼ਰੂਰ ਅਪੀਲ ਕਰੂੰਗਾ ਹਰ ਇੱਕ ਪੰਜਾਬੀ ਨੂੰ ਕਿ ਜ਼ਰੂਰ ਤੁਸੀਂ ਜਿਹੜੇ ਲੋਕਲ ਸਾਡੇ ਇਹ ਬਿਜ਼ਨਸ ਨੇ ਜਿਹੜੇ ਤੁਸੀਂ ਦੇਖ ਰਹੇ ਹੋ, ਤਸਵੀਰਾਂ ਵੀ ਕੁਛ ਦਿਖਾ ਰਹੇ ਹਾਂ, ਕਿ ਆਪਣੇ ਲੋਕਲ ਬਿਜ਼ਨਸ ਨੂੰ ਜਿਸ ਤਰ੍ਹਾਂ ਆਪਾਂ ਕਹਿੰਦੇ ਆਪਾਂ ਲੋਕਲ ਫਾਰਮਿੰਗ ਨੂੰ, ਇੰਡੀਆ ਦੀ ਫਾਰਮਿੰਗ ਸਪੋਰਟ ਕਰਨਾ, ਮੈਨੂੰ ਲੱਗਦਾ ਕਿ ਆਪਣੇ ਲੋਕਲ ਬਿਜ਼ਨਸ ਨੂੰ ਸਪੋਰਟ ਕਰਨਾ ਬਹੁਤ ਜ਼ਰੂਰੀ ਆ। ਔਰ ਦੂਸਰਾ ਨਾਲ ਨਾਲ ਵਧੀਆ ਗੱਲ ਇਹ ਆ ਕਿ ਇਹਨਾਂ ਦਾ ਜਾ ਕੇ ਤੁਸੀਂ ਟੇਸਟ ਦੇਖੋ ਆਪੇ, ਤੁਹਾਡੇ ਜੇ ਕਹਿੰਦੇ ਉਹਦੇ ਤੁਹਾਡਾ ਕੰਮ ਬੋਲਦਾ ਜਾਂ ਤੁਹਾਡਾ ਜਿਹੜਾ ਖਾਣਾ ਹੁੰਦਾ ਉਹ ਤਾਂ ਫਿਰ ਜ਼ਰੂਰ ਬੋਲਦਾ, ਕਿਉਂਕਿ ਹਰ ਇੱਕ ਢਿੱਡ ਨੂੰ ਭੁੱਖ ਤਾਂ ਲੱਗਣੀ ਆ, ਭੁੱਖ ਲੱਗੂਗੀ ਤੁਹਾਨੂੰ ਖਾਣਾ ਵੀ ਚਾਹੀਦਾ, ਜਾ ਕੇ ਖਾਓਗੇ ਤੁਸੀਂ ਆਪੇ ਹੀ ਵਾਰ ਵਾਰ ਜਾਣਾ। ਔਰ ਦੂਸਰਾ ਮੈਂ ਕੋਸ਼ਿਸ਼ ਕਰਦਾ ਹਰ ਵੀਕ ਕਿ ਆਪਣੇ ਪੰਜਾਬੀ ਜ਼ਰੂਰ ਹਰ ਤਰ੍ਹਾਂ ਦੇ ਕੰਮ 'ਚ ਨੇ, ਉਹਨਾਂ ਨੂੰ ਜ਼ਰੂਰ ਲੈ ਕੇ ਆਵਾਂ। ਇਸ ਵੀਕ ਮੈਨੂੰ ਖੋਦੇ ਚੰਗਾ ਲੱਗਿਆ ਕਿ ਮੈਂ ਸੁਣਿਆ ਸੀ ਲੇਕਿਨ ਦੇਖਿਆ ਨਹੀਂ ਸੀ ਕਿ ਸ਼ਿਕਾਗੋ ਟਵਿਸਟ ਵਾਲੇ ਵਾਕਿਆ ਹੀ ਪੀਜ਼ੇ ਨੂੰ ਟਵਿਸਟ ਕਰਕੇ ਹੁਣ ਤਾਂ ਇੰਨੀਆਂ ਚੀਜ਼ਾਂ ਐਡ ਕਰ ਦਿੱਤੀਆਂ ਜਿੰਨਾ ਭਾਜੀ ਹੁਣੀ ਦੱਸਿਆ, ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਭਾਜੀ ਹੁਣੀ ਕਹਿੰਦੇ ਸੁੱਚਮ ਦਾ ਜਿਹੜਾ ਆ ਸਭ ਤੋਂ ਵੱਡਾ, ਮੈਂ ਉਹ ਜ਼ਰੂਰ ਕਹੂੰਗਾ ਕਿ ਉਹ ਜ਼ਰੂਰ ਅਪੀਲ ਕਰਨ ਕਿ ਜਿਹੜਾ ਅਸੀਂ ਵੀ ਦਿਖਾਵਾਂਗੇ ਕਿ ਇਹਨਾਂ ਨੇ ਸੁੱਚਮ ਇੰਨੀ ਰੱਖੀ ਹੋਈ ਆ ਕਿ ਭਾਜੀ ਜਿਹੜੇ ਤੁਹਾਡੇ ਜ਼ਰੂਰ ਦੱਸਿਓ ਕਿ ਜਿਹੜੇ ਤੁਹਾਡੇ ਜਿੰਨੇ ਵੀ ਯੂਟੈਂਸਲ ਉਹ ਸਾਰੇ ਅਲੱਗ ਅਲੱਗ ਨੇ। ਜੀ ਬਿਲਕੁਲ ਅਲੱਗ ਹੈ, ਜਿਹੜਾ ਸਾਡਾ ਚਿਕਨ ਵਾਲਾ ਹੈਗਾ ਨੋਨ ਵੈਜ ਹੈਗਾ ਉਹ ਬਿਲਕੁਲ ਅਲੱਗ ਹੈਗਾ, ਜਿਹੜਾ ਵੈਜੀਟੇਰੀਅਨ ਆ ਉਹ ਟੋਟਲੀ ਅਲੱਗ ਹੈਗਾ ਆ, ਤੇ ਈਵਨ ਜਦੋਂ ਅਸੀਂ ਬਣਾਉਂਦੇ ਵੀ ਹਾਂ ਜਿਹੜਾ ਨੋਨ ਵੈਜ ਇੱਕ ਸਾਈਡ 'ਤੇ ਪਾ ਉਹਨੂੰ ਅਸੀਂ ਬੰਦ ਵੀ ਕਰ ਦਿੰਦੇ ਹਾਂ ਤਾਂ ਕਿ ਕਿਤੇ ਕੋਈ ਦੇਖੇ ਨਾ ਵੀ ਕੋਈ ਮਾੜੀ ਮੋਟੀ ਵੀ ਚੀਜ਼ ਜਿਹੜੀ ਆ ਉਸ ਚੀਜ਼ ਦੇ ਉੱਤੇ ਨਾ ਪੈ ਜਾਵੇ, ਉਹਨੂੰ ਕਵਰ ਰੱਖਦੇ ਹਾਂ, ਤੇ ਇਸ ਗੱਲ ਦੇ ਵਿੱਚ ਅਸੀਂ ਬਿਲਕੁਲ ਵੀ ਸਮਝੌਤਾ ਨਹੀਂ ਕਰਦੇ ਹੈਗੇ। ਜਿਹੜੀਆਂ ਚੀਜ਼ਾਂ ਨੋਨ ਵੈਜ ਆ ਉਹ ਬਿਲਕੁਲ ਸੈਪਰੇਟ ਆ, ਜਿਹੜੀਆਂ ਵੈਜੀਟੇਰੀਅਨ ਆ ਉਹ ਬਿਲਕੁਲ ਸੈਪਰੇਟ ਆ ਜੀ। ਜੀ ਦੋਸਤੋ, ਇਸ ਦੇ ਨਾਲ ਨਾਲ ਮੈਂ ਇੱਕ ਹੋਰ ਇਨਫੋਰਮੇਸ਼ਨ ਜਿਹੜੀ ਉਹ ਤੁਹਾਨੂੰ ਜ਼ਰੂਰ ਐਡ ਕਰੂੰਗਾ ਕਿ ਭਾਜੀ ਹੁਣਾਂ ਨੇ ਅੱਜ ਹੀ ਮੈਨੂੰ ਦੱਸਿਆ ਕਿ ਮੈਂ ਅਨਾਊਂਸ ਕਰ ਦੇਵਾਂ, ਬੜੀ ਵੱਡੀ ਗੱਲ ਆ ਕਿ ਇਹਨਾਂ ਨੇ ਆ ਪੂਰੀ ਵੀਕ ਜਿਹੜੀ ਸੰਡੇ ਤੱਕ ਜਿਹੜਾ ਵੀ ਬੰਦਾ ਜਾ ਕੇ ਉੱਥੇ ਕਹੇਗਾ ਕਿ ਮੈਂ ਜਸ ਟੀਵੀ 'ਤੇ ਪ੍ਰੋਗਰਾਮ ਦੇਖਿਆ ਜਾਂ ਤੁਸੀਂ ਟੀਵੀ 'ਤੇ ਆਏ ਸੀ ਮੈਂ ਅੱਗੇ ਨਹੀਂ ਪਤਾ ਸੀ, ਐਡ ਇੱਕ ਮੈਂਸ਼ਨ ਕਰਨਾ ਸਿਰਫ ਜਸ ਟੀਵੀ ਦਾ, ਅਤੇ ਭਾਜੀ ਹੁਣੀ ਹਰ ਇੱਕ ਪੀਜ਼ੇ ਪਿੱਛੇ 10% ਡਿਸਕਾਊਂਟ ਆ ਪੂਰੀ ਵੀਕ ਉਹ ਚਲਾਉਣਗੇ ਕਿ ਕੋਈ ਵੀ ਬੰਦਾ ਲਾਰਜ ਲੈ ਜਾਵੇ ਸਮਾਲ ਲੈ ਜਾਵੇ, ਜਾ ਕੇ ਸਿਰਫ ਤੁਸੀਂ ਇੰਨਾ ਕਹਿਣਾ ਕਿ ਤੁਸਾਂ ਨੇ ਆਹ ਸ਼ੋ ਜਿਹੜੀ ਲਾਈਵ ਸ਼ੋ ਦੇਖਿਆ ਅਤੇ ਟਵਿਸਟ ਪੀਜ਼ੇ ਨੂੰ ਦੇਖਿਆ ਜਾਂ ਤੁਹਾਨੂੰ ਪਹਿਲੀ ਵਾਰੀ ਜਾਣਕਾਰੀ ਮਿਲੀ, ਜਾ ਕੇ
ਇੱਕ ਸਿਰਫ ਵਰਡ ਮੈਂਸ਼ਨ ਕਰਨੇ ਕਿ ਜਸ ਟੀਵੀ ਦਾ ਸ਼ੋਅ ਜ਼ਰੂਰ ਦੇਖਿਆ ਅਤੇ ਉਹਦੇ ਨਾਲ 10% ਭਾਜੀ ਹੁਣੀ ਆ ਜਿਹੜੀ ਰੈਸਟ ਪੂਰੀ ਵੀਕ ਆ ਉਹ ਚਲਾਉਣਗੇ। ਭਾਜੀ ਕੀ ਕਹਿੰਦੇ, ਇਹ ਜੋ ਮੈਂ ਕਿਹਾ ਬਿਲਕੁਲ ਸਹੀ ਆ? ਬਿਲਕੁਲ ਜੀ, ਵੈਲਕਮ ਐਵਰੀਵਨ। ਡਿਸਕਾਊਂਟ ਆਲਵੇਜ਼ ਹੁੰਦਾ, ਸਪੈਸ਼ਲ ਡੀਲਸ ਜਿਹੜੀਆਂ ਉਹ ਵੀ ਹਮੇਸ਼ਾ ਹੋਣੀਆਂ। ਤੇ ਜਸ ਪੰਜਾਬੀ ਦਾ ਧੰਨਵਾਦ ਆ, ਤੁਸੀਂ ਅੱਜ ਜਿਹੜੀ ਅਨਾਊਂਸ ਕੀਤੀ ਆ ਬਿਲਕੁਲ ਤੁਹਾਡੇ ਨਾਲ ਐਗਰੀ ਆ। ਤੁਸੀਂ ਸੰਡੇ ਤੱਕ ਪੂਰੀ ਹੋਲ ਵੀਕ ਤੁਸੀਂ ਆਓ ਤੇ ਜਸ ਪੰਜਾਬੀ ਦੀ ਇਸ ਐਡ ਦਾ ਮੈਂਸ਼ਨ ਕਰ ਦਿਓ, ਵੀਕ ਤੋਂ ਬਾਅਦ ਵੀ ਆ ਜਾਓ, ਦੱਸੋ ਵੀ ਪ੍ਰੋਗਰਾਮ ਦੇਖਿਆ ਤਾਂ 10% ਤੁਹਾਨੂੰ ਜਿਹੜਾ ਆ ਉਹ ਜ਼ਰੂਰ ਡਿਸਕਾਊਂਟ ਜਿਹੜਾ ਉਹ ਦੇਵਾਂਗੇ, ਕੋਈ ਗੱਲ ਹੀ ਨਹੀਂ ਹੈਗੀ ਜੀ। ਜੀ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ, ਹਰਜਾਪ ਸਿੰਘ ਜੀ, ਜਿਹੜਾ ਤੁਸੀਂ ਇੰਨੀ ਇਨਫੋਰਮੇਸ਼ਨ ਦਿੱਤੀ। ਫਿਰ ਇੱਕ ਵਾਰੀ ਕਹੂੰਗਾ ਵੀ ਆ ਜਿਹੜਾ ਪੀਜ਼ੇ ਬਾਰੇ ਆਪਾਂ ਗੱਲ ਕੀਤੀ ਹੈ, ਇਹ ਤੁਸੀਂ ਜ਼ਰੂਰ ਜਾ ਕੇ ਦੇਖ ਕੇ ਆਓ ਆਪਣੇ ਅੱਖੀਂ ਦੇਖਣ ਦੇ ਨਾਲ। ਕਹਿੰਦੇ ਹੁੰਦੇ ਅੱਖਾਂ ਨਾਲ ਦੇਖਿਆ ਤੇ ਜਿਹੜਾ ਜੀਭ ਦਾ ਸਵਾਦ ਆ ਅਸਲੀ ਉਹੀ ਹੁੰਦਾ। ਮੈਂ ਜਿੰਨਾ ਮਰਜ਼ੀ ਟੀਵੀ ਤੇ ਰੌਲਾ ਪਾ ਲਾਂ ਪਰ ਤੁਸੀਂ ਜਾਓ ਜਾ ਕੇ ਗ੍ਰੀਨ ਬੋਰਡ ਦੇ ਵਿੱਚ ਪੀਜ਼ਾ ਟਵਿਸਟ ਵਾਲੇ ਜੋ ਖੋਲ ਕੇ ਬੈਠੇ ਨੇ, ਰਿਜਨਲ ਨੇ, ਕਰੋਗਰ ਵਾਲੇ ਪਲਾਜ਼ੇ ਦੇ ਵਿੱਚ ਨੇ, ਮੈਂ ਕੰਪਨੀ ਤੋਂ ਪਤਾ ਕੀਤਾ ਕਰੋਗਰ ਦੇ ਪਲਾਜ਼ੇ ਜਿਹੜੇ ਓਰੀਜਨਲ ਨੇ ਅਸੀਂ ਕਲੋਜ਼ ਆ ਜੀ, ਤੇ ਕਰੋਗਰ ਦੇ ਪਲਾਜ਼ੇ ਦੇ ਵਿੱਚ ਨਹੀਂ ਆ, ਅਸੀਂ ਬਾਲਮਾਰਟ ਦੇ ਆਪੋਜ਼ਿਟ ਸਾਈਡ ਆ। ਕਰੋਗਰ ਇਹ ਸਾਰਾ ਪਲਾਜ਼ੇ ਕੋਲ ਪੈਂਦੇ ਨੇ ਸਾਡੇ, ਤੇ ਅਸੀਂ ਬਾਲਮਾਰਟ ਦੇ ਮੋਰਲੇ ਸਾਈਡ ਕਾਉਂਟੀ ਲਾਈਨ ਰੋਡ ਦੇ ਉੱਤੇ ਹੈਗੇ। ਸੌਰੀ ਵੀ ਮੇਰੇ ਤੋਂ ਮਿਸਟੇਕ ਲੱਗ ਗਈ, ਇਹ ਬਾਲਮਾਰਟ ਵਾਲੇ ਪਲਾਜ਼ੇ ਜਿਹਨੇ ਕਰੋਗਰ ਵਾਲਿਆਂ ਤੋਂ ਢਾ ਕੇ ਦੂਜੇ ਪਾਸੇ ਨਵਾਂ ਕਰੋਗਰ ਉਹਦੇ ਆਪੋਜ਼ਿਟ ਸਾਈਡ ਆ। ਹਾਂਜੀ, ਇਹ ਬਾਲਮਾਰਟ ਦੇ ਬਿਲਕੁਲ ਸਾਹਮਣੇ ਪਲਾਜ਼ਾ ਆ ਜਿਹੜਾ ਉਹਦੇ ਵਿੱਚ ਹੈਗੇ ਜੀ। ਹਾਂਜੀ, ਜਿੱਥੇ ਬੈਂਕ ਵੀ ਆ ਤੇ ਉਹਦੇ ਪਿਛਲੇ ਪਾਸੇ ਨੇ, ਤੁਸੀਂ ਜਾ ਕੇ ਦੇਖੋਗੇ, ਮਿਸ ਨਹੀਂ ਕਰ ਸਕਦੇ ਕਿਉਂਕਿ ਕਾਫੀ ਦੂਰੋਂ ਦੀਦਾ ਹੈਗਾ, ਤੇ ਤੁਸੀਂ ਜ਼ਰੂਰ ਜਾਓ। ਤੇ ਹਜਾਬ ਸਿੰਘ ਜੀ ਫਿਰ ਇੱਕ ਵਾਰੀ ਤੁਹਾਡਾ ਧੰਨਵਾਦ ਕਰਦਾ, ਜਿਹੜਾ ਸਮਾਂ ਆ ਉਹ ਬੜੀ ਛੇਤੀ ਭੱਜਾ ਜਾਂਦਾ, ਤੇ ਤੁਸੀਂ ਜ਼ਰੂਰ ਜਦੋਂ ਵੀ ਤੁਹਾਨੂੰ ਲੋੜ ਹੋਵੇ ਤੁਸੀਂ ਜ਼ਰੂਰ ਸਾਨੂੰ ਕਾਲ ਕਰੋ, ਚਾਹੇ ਮਾਡਲਿੰਗ ਤੋਂ ਬਾਅਦ ਕਰੋ, ਜਦੋਂ ਵੀ ਤੁਹਾਨੂੰ ਲੋੜ ਆ ਅਸੀਂ ਜ਼ਰੂਰ ਹਾਜ਼ਰ ਹੋਵਾਂਗੇ। ਤੇ ਇਸੇ ਤਰ੍ਹਾਂ ਹੀ ਦੋਸਤੋ ਮੈਂ ਹੁਣ ਇੱਕ ਥੋੜਾ ਜਿਹਾ ਮੋੜ ਲਊਂਗਾ ਕਿ ਛੋਟਾ ਜਿਹਾ ਜਿਹੜਾ ਮੈਂ ਆਪਣੇ ਵੱਲੋਂ ਇੱਕ ਤਾਂ ਜਿਹੜਾ ਕਿਸਾਨੀ ਸੰਘਰਸ਼ ਆ ਉਹਦੇ ਬਾਰੇ ਥੋੜਾ ਜਿਹਾ ਕਹੂੰਗਾ ਕਿ ਮੇਰੇ ਹਰ ਇੱਕ ਵੀਰ ਨੂੰ, ਚਾਹੇ ਉਹ ਲੱਖਾ ਸਧਾਣਾ ਹੋਵੇ ਜਾਂ ਦੀਪ ਸਿੱਧੂ ਹੋਵੇ ਜਾਂ ਆਪਣੇ ਜਿਹੜੇ ਹੋਰ ਸੀਨੀਅਰ ਲੀਡਰ ਜੁੜੇ ਹੋਏ ਨੇ, ਉਹ ਹੁਣ ਕੋਈ ਵੀ ਜਿਹੜੀ ਆ ਹਿੰਸਾ ਤੋਂ ਬਚੋ। ਜੇ ਸਰਕਾਰਾਂ ਤੋੜਨੀਆਂ ਚਾਹੁੰਦੀਆਂ ਨੇ ਤੇ ਉਹ ਆਪਣਾ ਹੀ ਕਸੂਰ ਹੈ। ਆਪਾਂ ਇਹ ਨਹੀਂ ਕਹਿ ਸਕਦੇ ਕਿ ਦੀਪ ਸਿੱਧੂ ਲੈ ਗਿਆ ਜਾਂ ਲੱਖਾ ਸਧਾਣਾ ਲੈ ਗਿਆ ਜਾਂ ਗੁਰਨਾਮ ਸਿੰਘ ਤਰੂਣੀ ਲੈ ਗਿਆ, ਨਹੀਂ। ਤੁਸੀਂ ਆਪ ਵੀ ਸੋਚੋ ਕਿਉਂਕਿ ਤੁਹਾਡੇ ਵੀ ਰੱਬ ਨੇ ਦਿਮਾਗ ਦਿੱਤਾ ਹੈ ਕਿ ਅਸੀਂ ਜੇ ਆਹ ਕੰਮ ਕਰਨਾ, ਜੇ 40 ਜਥੇਬੰਦੀਆਂ ਤੋਂ ਵੱਧ ਇਹ ਕਹਿ ਰਹੀਆਂ ਨੇ ਕਿ ਅਸੀਂ ਸ਼ਾਂਤਮਈ ਨਾ ਕਰਨਾ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਸੁਣਦੇ? ਸ਼ਾਂਤਮਈ ਨਾ ਕਰੋ, ਉਹ ਸਿਆਣੇ ਨੇ, ਬਜ਼ੁਰਗ ਨੇ, ਉਹਨਾਂ ਦੀ ਉਮਰ ਦਾ ਤਜਰਬਾ ਹੈ। ਔਰ ਦੂਜਾ, ਤੁਸੀਂ ਉਹਨਾਂ ਨੂੰ ਸੁਣੋ। ਬਾਕੀ ਹਰਜਾਪ ਸਿੰਘ ਜੀ ਨੇ ਬੜਾ ਵਧੀਆ ਮੈਸੇਜ ਦਿੱਤਾ ਕਿ ਆਪਾਂ ਆਪਣੀ ਹੋਂਦ ਨੂੰ ਬਚਾਉਣਾ, ਆਪਣੀ ਬੋਲੀ ਨੂੰ ਬਚਾਉਣਾ, ਆਪਣੀਆਂ ਜ਼ਮੀਨਾਂ ਨੂੰ ਬਚਾਉਣਾ ਹੈ। ਤੇ ਇਸੇ ਨਾਲ ਜਿਹੜਾ ਸਮਾਂ ਉਹ ਨਹੀਂ ਰੁਕਦਾ, ਸਮਾਂ ਭੱਜਿਆ ਜਾਂਦਾ ਬੜੀ ਬੜੀ ਜਲਦੀ ਹੀ। ਪਤਾ ਨਹੀਂ ਲੱਗਾ ਕਿ ਆ ਇੱਕ ਘੰਟਾ ਪੀਜ਼ੇ ਦੇ ਸਵਾਦ ਵਿੱਚ ਮੈਂ ਤਾਂ ਸੁਫਨੇ ਲੈਂਦਾ ਸੀ ਕਿ ਹੁਣ ਇੱਦਾਂ ਕਰਨੀ, ਪੀਜ਼ਾ ਇੱਦਾਂ ਦਾ ਹੁੰਦਾ, ਲੇਕਿਨ ਮੈਂ ਜਾ ਕੇ ਆ, ਮੇਰਾ ਤਾਂ ਜਾਣੀ ਕਿ ਇਹ ਮਨ ਬਣ ਗਿਆ ਕਿ ਮੈਂ ਜ਼ਰੂਰ ਜਾਣਾ ਹਫ਼ਤੇ 'ਚ ਇੱਕ ਅੱਧੀ ਵਾਰੀ ਉੱਥੇ। ਅਤੇ ਮੈਂ ਬਾਕੀਆਂ ਨੂੰ ਵੀ ਕਹੂੰਗਾ ਵੀ ਭਾਈ ਪੀਜ਼ੇ 'ਤੇ ਜ਼ਰੂਰ ਜਾਓ, ਪਰ ਹੁਣ ਜਿਹੜਾ ਸਮਾਂ ਉਹ ਇੰਨੀ ਤੇਜ਼ ਭੱਜਦਾ ਕਿ ਕਰਦਿਆਂ ਕਰਦਿਆਂ ਇੱਕ ਘੰਟਾ ਲਾਈਵ ਦਾ ਪਤਾ ਨਹੀਂ ਲੱਗਿਆ ਕਦੋਂ ਲੰਘ ਗਿਆ। ਪਰ ਹੁਣ ਤੁਸੀਂ ਮੈਨੂੰ ਦਿਓ ਆਜ਼ਾਦ ਜਿੰਮੀ ਬਰਾੜ ਨੂੰ, ਫਿਰ ਕੱਲ੍ਹ ਪੇਸ਼ ਹੋਵਾਂਗੇ ਨਵੀਂ ਗੱਲ ਅਤੇ ਨਵਾਂ ਪ੍ਰੋਗਰਾਮ ਲੈ ਕੇ, ਹਰ ਟਿਊਜ਼ਡੇ ਦੀ ਤਰ੍ਹਾਂ ਕੱਲ੍ਹ ਫਿਰ ਲਾਈਵ ਹੋਵਾਂਗੇ। ਇਸੇ ਨਾਲ ਹੀ ਮੈਨੂੰ ਦਿਓ ਆਜ਼ਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਖਾਲਸਾ ਜੀ।